ਰੀਜ਼ਨ ਇਹ ਸੀ ਵਰਧਮਾਨ ਇੰਸਟੀਚਿਊਟ ਦਾ ਕਿ ਇਸ ਇੰਸਟੀਚਿਊਟ ਨੂੰ ਪੰਜਾਬ ਦਾ ਨੰਬਰ 1 ਇੰਸਟੀਚਿਊਟ ਦੇ ਨਾਲ ਨਾਲ ਪੰਜਾਬੀ ਵਾਲਾ ਇੰਸਟੀਚਿਊਟ ਬਣਾਉਣਾ। ਕਿ ਯਾਰ ਇਹ ਉਹ ਇੰਸਟੀਚਿਊਟ ਆ ਜਿੱਥੇ ਅਸੀਂ ਈਜ਼ੀਲੀ ਅਫੋਰਡ ਕਰਕੇ ਪੜ੍ਹ ਸਕਦੇ ਹਾਂ। ਮੈਨੂੰ ਲੱਗਦਾ ਇਹ ਪੰਜਾਬ ਦਾ ਪਹਿਲਾ ਇੰਸਟੀਚਿਊਟ ਹੋਊਗਾ ਜਿਹੜਾ ਇੱਕ ਐਨ ਜੀ ਓ ਦਾ ਰੂਪ ਲੈ ਰਿਹਾ। 80% ਲੋਕ ਤਾਂ ਪ੍ਰੋਫੈਸ਼ਨਲ ਕੋਚਿੰਗ ਅਫੋਰਡ ਹੀ ਨਹੀਂ ਕਰ ਸਕਦੇ। ਅਫੋਰਡ ਨਹੀਂ ਕਰ ਸਕਦੇ, ਠੀਕ ਹੈ। ਇੱਕ ਜਿਹਦੇ ਫਾਦਰ ਲੇਬਰ ਕਰਦੇ ਨੇ, ਸਰ ਉਹ 15-18 ਹਜ਼ਾਰ ਕਦੋਂ ਜੋੜੂ? ਠੀਕ ਹੈ, ਨਹੀਂ ਜੋੜ ਸਕਦਾ ਉਹ ਜੀ, ਠੀਕ ਹੈ। ਤਾਂ ਉਹ ਅਫੋਰਡ ਹੀ ਨਹੀਂ ਕਰਨਗੇ ਫੀਸ, ਠੀਕ ਹੈ। ਕੋਚਿੰਗ ਨਹੀਂ ਲੈ ਸਕਦੇ, ਤਾਂ ਕੰਪੀਟੀਸ਼ਨ ਤੋਂ ਵੈਸੇ ਹੀ ਬਾਹਰ ਹੋ ਜਾਂਦੇ ਆ। ਇਹ ਜਿਹੜਾ ਵਰਧਮਾਨ ਇੰਸਟੀਚਿਊਟ ਨੂੰ ਬਣਾਉਣ ਦਾ ਕਨਸੈਪਟ ਸੀਗਾ ਟੀਚਿੰਗ ਲਾਈਨ ਦਾ, ਉਹ ਕਾਤੋਂ ਆਇਆ? ਪੀ ਐੱਚ ਡੀ ਦੇ ਦੌਰਾਨ ਹੀ ਮੈਂ ਵਰਧਮਾਨ ਇੰਸਟੀਚਿਊਟ ਓਪਨ ਕੀਤਾ। ਉਹ ਕਹਿੰਦੇ ਨਾ ਕਿ ਜਦੋਂ ਇੰਨੀ ਮਿਹਨਤ ਕੀਤੀ ਹੋਵੇ ਉਸ ਤੋਂ ਬਾਅਦ ਜਿਹੜੀ ਸਫਲਤਾ ਮਿਲਦੀ ਆ ਉਹਦਾ ਇੱਕ ਰੰਗ ਰੂਪ ਅਲੱਗ ਹੁੰਦਾ। ਸਰ ਵਰਧਮਾਨ ਕਰੀਅਰ ਪਲੇਸ ਦੇ ਵਿੱਚ ਇਸ ਟਾਈਮ ਜਿਹੜੇ ਅਸੀਂ ਇਗਜ਼ਾਮ ਦੀ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਉਹ ਮੋਸਟਲੀ ਜਿੰਨੇ ਵੀ ਸਟੇਟ ਲੈਵਲ ਦੇ ਕੰਪੀਟੀਟਿਵ ਇਗਜ਼ਾਮਸ ਹੁੰਦੇ ਆ ਉਹਨਾਂ ਸਾਰੇ ਦੀ ਕਰਾ ਰਹੇ ਹਾਂ। ਇਹ ਸਾਡੀ ਵਰਧਮਾਨ ਕਰੀਅਰ ਪਲੇਸ ਦੀ ਐਪ ਆ, ਬੱਚਾ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ, ਠੀਕ ਹੈ। ਠੀਕ ਹੈ, ਸਾਡਾ ਯੂਟਿਊਬ 'ਤੇ ਚੈਨਲ ਆ ਵਰਧਮਾਨ ਕਰੀਅਰ ਪਲੇਸ ਦੇ ਨਾਮ 'ਤੇ, ਉਹ ਕੋਈ ਵੀ ਬੱਚਾ ਸਰਚ ਕਰ ਸਕਦਾ। ਦੋਸਤੋ ਤੁਸੀਂ ਦੇਖ ਰਹੇ ਹੋ ਬਾਬਸ਼ਾਹੀ ਟਾਈਮਸ, ਮੈਂ ਤੁਹਾਡੇ ਨਾਲ ਦੀਦਾਰ ਗੁਰਨਾ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਆਮ ਤੌਰ 'ਤੇ ਕਿਹਾ ਜਾਂਦਾ ਜਿਹੜੀ ਐਜੂਕੇਸ਼ਨ ਹੈ ਉਹ ਇੱਕ ਵਧੀਆ ਬਿਜ਼ਨਸ ਬਣ ਚੁੱਕੀ ਹੈ। ਸੋ ਅੱਜ ਮੈਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਾ ਰਿਹਾ ਉਹਨਾਂ ਦਾ ਜਿਹੜਾ ਕੰਮਕਾਰ ਹੈ ਉਹ ਵੀ ਐਜੂਕੇਸ਼ਨ ਦਾ ਹੀ ਹੈ। ਉਹ ਇੱਕ ਐਜੂਕੇਸ਼ਨ ਇੰਸਟੀਚਿਊਟ ਚਲਾ ਰਹੇ ਨੇ। ਸੋ ਉਹਨਾਂ ਦੇ ਇੱਕ ਕਨਸੈਪਟ ਦਿਮਾਗ 'ਚ ਆਇਆ ਕਿ ਮੈਂ ਇਹਨੂੰ ਐਨ ਜੀ ਓ ਦਾ ਰੂਪ ਦੇ ਦਾਂ। ਸੋ ਆਪਣੇ ਚੱਲ ਰਹੇ ਐਜੂਕੇਸ਼ਨ ਦੇ ਬਿਜ਼ਨਸ ਨੂੰ ਇੱਕ ਜਿਹੜਾ ਐਨ ਜੀ ਓ ਦਾ ਰੂਪ ਹੈ ਉਹ ਦੇਣ ਦਾ ਜਿਹੜਾ ਕਨਸੈਪਟ ਆ ਉਹਦੇ ਦਿਮਾਗ 'ਚ ਕਿਵੇਂ ਆਇਆ ਅਤੇ ਉਹਨੂੰ ਉਹ ਓਪਰੇਟ ਕਿੱਦਾਂ ਕਰਨਗੇ, ਕਿਉਂਕਿ ਖਰਚੇ ਵੀ ਕੱਢਣੇ ਹੁੰਦੇ ਨੇ, ਹੋਰ ਬੜੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਸੋ ਅੱਜ ਦੇ ਆਪਣੇ ਮਹਿਮਾਨ ਨੇ ਡਾਕਟਰ ਸੌਰਵ ਜੈਨ ਜੀ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਉਸ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਵੀਡੀਓ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ। ਜੈਨ ਸਾਹਿਬ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ ਬਾਬੂਸ਼ਾਹੀ ਦੇ ਵਿੱਚ। ਥੈਂਕ ਯੂ ਸਰ। ਮੈਂ ਉੱਥੋਂ ਹੀ ਸ਼ੁਰੂ ਕਰੂੰਗਾ, ਹਾਂਜੀ, ਪਹਿਲੇ ਸਵਾਲ ਤੋਂ ਵੀ ਇੰਨਾ ਵਧੀਆ ਇਨਫਰਾਸਟ੍ਰਕਚਰ ਤੁਹਾਡਾ ਚੱਲ ਰਿਹਾ, ਬਿਜ਼ਨਸ ਇੰਨਾ ਵਧੀਆ, ਸੋ ਇਹਨੂੰ ਇੱਕ ਐਨ ਜੀ ਓ ਦਾ ਰੂਪ ਦੇਣਾ ਜਾਂ ਇੰਨੀ ਘੱਟ ਜਿਹੜੀ ਤੁਸੀਂ ਫੀਸ ਦੱਸੀ ਹੈ ਵੀ ਕਿੱਥੇ ਤੋਂ ਤੁਸੀਂ ਕਿੱਥੇ ਲੈ ਕੇ ਆਉਂਦੀ ਹੈ ਜਿਹੜੀ ਵੀ ਇਹ ਕਨਸੈਪਟ ਕਿਵੇਂ ਆਇਆ ਅਤੇ ਇਹਨੂੰ ਕਿਵੇਂ ਚਲਾਓਗੇ? ਸਰ ਇਹਦੇ ਦੋ ਐਸਪੈਕਟਸ ਨੇ ਜੀ। ਪਹਿਲਾ ਐਸਪੈਕਟ ਵਰਧਮਾਨ ਇੰਸਟੀਚਿਊਟ ਦਾ ਵਿਜ਼ਨ ਜੀ, ਦੂਜਾ ਇੰਟਰਨਲ ਸੈਟਿਸਫੈਕਸ਼ਨ। ਓਕੇ, ਵਿਜ਼ਨ ਇਹ ਸੀ ਵਰਧਮਾਨ ਇੰਸਟੀਚਿਊਟ ਦਾ ਕਿ ਇਸ ਇੰਸਟੀਚਿਊਟ ਨੂੰ ਪੰਜਾਬ ਦਾ ਨੰਬਰ 1 ਇੰਸਟੀਚਿਊਟ ਦੇ ਨਾਲ ਨਾਲ ਪੰਜਾਬੀ ਵਾਲਾ ਇੰਸਟੀਚਿਊਟ ਬਣਾਉਣਾ। ਓਕੇ, ਠੀਕ। ਮੋਸਟਲੀ ਲੋਕ ਇਹ ਚੱਲਦੇ ਆ ਕਿ ਅਸੀਂ ਪੰਜਾਬ ਦਾ ਨੰਬਰ 1 ਬਣਾਉਣਾ, ਪਰ ਮੇਰਾ ਇਹ ਸੀ ਕਿ ਪੰਜਾਬ ਦਾ ਨੰਬਰ 1 ਤਾਂ ਬਣਾਉਣਾ ਹੀ ਆ। ਓਕੇ, ਨਾਲ ਨਾਲ ਪੰਜਾਬੀਆਂ ਦਾ ਇੰਸਟੀਚਿਊਟ ਬਣਾਉਣਾ, ਮਤਲਬ ਹਰ ਇੱਕ ਪੰਜਾਬ ਦਾ ਸਟੂਡੈਂਟ ਵਰਧਮਾਨ ਇੰਸਟੀਚਿਊਟ ਦੇ ਨਾਲ ਜੁੜਿਆ ਮਹਿਸੂਸ ਕਰੇ, ਠੀਕ ਹੈ। ਉਹਨੂੰ ਇਹ ਲੱਗੇ ਕਿ ਯਾਰ ਇਹ ਉਹ ਇੰਸਟੀਚਿਊਟ ਆ ਜਿੱਥੇ ਅਸੀਂ ਈਜ਼ੀਲੀ ਅਫੋਰਡ ਕਰਕੇ ਪੜ੍ਹ ਸਕਦੇ ਹਾਂ, ਠੀਕ ਹੈ, ਕਿ ਇਹ ਕਮਰਸ਼ੀਅਲ ਐਂਡ 'ਤੇ ਨਹੀਂ ਹੈ, ਠੀਕ ਹੈ। ਅਤੇ ਬਾਕੀ ਜਿਹੜਾ ਸੋਸ਼ਲ ਵੈਲਫੇਅਰ ਦਾ ਹੈ ਇਹ ਲਾਸਟ 2-3 ਸਾਲਾਂ ਤੋਂ ਮੇਰੇ ਮਾਇੰਡ ਦੇ ਵਿੱਚ ਚੱਲ ਰਿਹਾ ਸੀ ਕੋਵਿਡ ਤੋਂ ਬਾਅਦ, ਠੀਕ ਹੈ। ਅਸੀਂ ਉਸ ਤੋਂ ਪਹਿਲਾਂ ਵੀ ਅਸੀਂ 2015 ਤੋਂ ਇਹ ਇੰਸਟੀਚਿਊਟ ਚੱਲ ਰਿਹਾ। ਓਕੇ, ਅਤੇ ਉਸ ਟਾਈਮ ਵੀ ਅਸੀਂ ਕਾਫੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰਹਿੰਦੇ ਸੀ,
ਠੀਕ ਹੈ ਠੀਕ ਹੈ ਪਹਿਲੇ ਦਿਨ ਤੋਂ ਹੀ ਮੇਰਾ ਇਹ ਸੀ ਕਿ ਸੁਸਾਇਟੀ ਦੇ ਲਈ ਕੋਈ ਨਾ ਕੋਈ ਆਪਾਂ ਇੰਪੈਕਟ ਰੱਖਣਾ ਜੀ ਅਤੇ ਸੋਸ਼ਲ ਵੈਲਫੇਅਰ ਐਂਡ 'ਤੇ ਜੇ ਆਪਾਂ ਗੱਲ ਕਰੀਏ ਕਿ ਮੈਨੂੰ ਲੱਗਦਾ ਇਹ ਪੰਜਾਬ ਦਾ ਪਹਿਲਾ ਇੰਸਟੀਚਿਊਟ ਹੋਊਗਾ ਜਿਹੜਾ ਇੱਕ ਐਨ ਜੀ ਓ ਦਾ ਰੂਪ ਲੈ ਰਿਹਾ ਓਕੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਨਹੀਂ ਚੱਲਦੇ ਕੰਮ ਨੂੰ ਬੰਦਾ ਕਹਿੰਦਾ ਬਿਜ਼ਨਸ ਨੂੰ ਹੋਰ ਗਰੋ ਕਰੇ ਬਿਲਕੁਲ ਬਿਲਕੁਲ ਜੇ ਬਿਜ਼ਨਸ ਐਂਗਲ ਤੋਂ ਆਪਾਂ ਦੇਖੀਏ ਬਿਲਕੁਲ ਮਾਈਂਡਸੈਟ ਇੰਨਾ ਕਿ ਸਰ ਕਿ ਅਲਟੀਮੇਟ ਲਾਈਫ ਦਾ ਪਰਪਸ ਕੀ ਹੁੰਦਾ ਸੈਟਿਸਫੈਕਸ਼ਨ ਜੀ ਬਿਲਕੁਲ ਸਕੂਨ ਸਕੂਨ ਜਿਸ ਚੀਜ਼ 'ਚ ਮਿਲ ਜੇ ਉਹ ਚੀਜ਼ ਵਧੀਆ ਲੱਗਣ ਲੱਗ ਜਾਂਦੀ ਹੈ ਨਾ ਬਿਲਕੁਲ ਠੀਕ ਹੈ ਹੁਣ ਇਸ ਇੰਸਟੀਚਿਊਟ ਨੂੰ ਅੱਗੇ ਇਨ ਫਿਊਚਰ 'ਚ ਰਨ ਕਰਨ ਦੇ ਲਈ ਮੇਰੇ ਕੋਲ ਦੋ ਹੀ ਵੇ ਸੀ ਜਾਂ ਤਾਂ ਪੈਸਾ ਕਮਾਉਣਾ ਠੀਕ ਹੈ ਜਾਂ ਫਿਰ ਸੁਸਾਇਟੀ ਦੇ ਲਈ ਕੁਛ ਨਾ ਕੁਛ ਕਰਨਾ ਠੀਕ ਹੈ ਤਾਂ ਮੈਨੂੰ ਦੂਸਰਾ ਰਸਤਾ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ ਉਹ ਚੀਜ਼ ਸਕੂਨ ਦਿੰਦੀ ਹੈ ਠੀਕ ਹੈ ਬਾਕੀ ਪਰਮਾਤਮਾ ਦਾ ਦਿੱਤਾ ਜਿਹੜਾ ਰੋਟੀ ਪਾਣੀ ਦਾ ਜੁਗਾੜ ਉਹ ਹੈਗਾ ਠੀਕ ਹੈ ਬਾਕੀ ਇਹ ਹੈ ਕਿ ਹੁਣ ਆਪਾਂ ਪੰਜਾਬ ਦੇ ਹਰ ਇੱਕ ਸਟੂਡੈਂਟ ਲਈ ਕੁਛ ਨਾ ਕੁਛ ਕਰਨਾ ਠੀਕ ਹੈ ਮੈਂ ਇਹਦੇ ਨਾਲ ਐਡ ਕਰਨਾ ਚਾਹੂੰਗਾ ਸਰ ਕਿ ਇਸ ਟਾਈਮ 90% ਸਟੂਡੈਂਟ 80-90% ਸਟੂਡੈਂਟ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਕੁਛ ਨਾ ਕੋਈ ਜੋਬ ਕਰਨਾ ਚਾਹੁੰਦੇ ਨੇ ਇੱਥੇ ਰੁਜ਼ਗਾਰ ਦੇਖ ਰਹੇ ਨੇ ਆਪਦਾ ਉਹਨਾਂ ਦੇ ਵਿੱਚ ਨਾ ਮਜੋਰਿਟੀ ਆਫ ਸਟੂਡੈਂਟਸ ਦੀ ਪੇਇੰਗ ਕਪੈਸਿਟੀ ਨਹੀਂ ਹੈ ਓਕੇ ਦੇਖੋ ਤੁਸੀਂ ਇਹ ਰਿਐਲਿਟੀ ਹੈ ਜਿਹੜੇ ਵਿਊਅਰਸ ਨੇ ਉਹ ਇਸ ਚੀਜ਼ ਨੂੰ ਫੀਲ ਕਰਨਗੇ ਜੀ ਕਿ ਜਿਹੜੇ ਪੇਇੰਗ ਕਪੈਸਿਟੀ ਵਾਲੇ ਲੋਕ ਆ ਮੋਸਟਲੀ ਯੂਥ ਆ ਉਹਦੇ ਵਿੱਚੋਂ ਮਜੋਰਿਟੀ ਬਾਹਰ ਨੂੰ ਜਾ ਰਹੇ ਨੇ ਉਹ ਬਾਹਰ ਨੂੰ ਦੇਖੋ ਤੁਸੀਂ ਆਜ ਦਾ ਕਿੰਨਾ ਕਰੇਜ ਆ ਜੀ ਬਿਲਕੁਲ ਹੈ ਨਾ ਅਤੇ ਜਿਹੜੇ ਇੱਥੇ ਰਹਿ ਜਾਂਦੇ ਆ ਉਹਨਾਂ ਦੇ ਵਿੱਚੋਂ ਮਜੋਰਿਟੀ ਦੀ ਪੇਇੰਗ ਕਪੈਸਿਟੀ ਨਹੀਂ ਹੈ ਠੀਕ ਹੈ ਅਤੇ ਜਦੋਂ ਮੇਰੇ ਕੋਲ ਕੋਈ ਬੱਚਾ ਆਵੇ ਉਹ ਕਹੇ ਜੀ ਮੈਂ 15-18 ਹਜ਼ਾਰ ਰੁਪਇਆ ਕਿਸੇ ਸਟੇਟ ਲੈਵਲ ਦੇ ਇਗਜ਼ਾਮ ਦੀ ਤਿਆਰੀ ਲਈ ਨਹੀਂ ਦੇ ਸਕਦਾ ਜੀ ਮੇਰੇ ਫਾਦਰ ਲੇਬਰ ਕਰਦੇ ਨੇ ਮੇਰੇ ਫਾਦਰ ਆਟੋ ਡਰਾਈਵਰ ਨੇ ਤਾਂ ਫਿਰ ਉਹਨਾਂ ਨੂੰ ਇਹ ਕਹੀਏ ਕਿ ਸਾਡੀ ਫੀਸ ਇੰਨੀ ਹੈ ਅਤੇ ਅਸੀਂ ਤਾਂ ਨਹੀਂ ਪੜ੍ਹਾ ਸਕਦੇ ਠੀਕ ਹੈ ਬਿਜ਼ਨਸ ਮਾਇੰਡ ਨਾਲ ਦੇਖੀ ਚੱਲੀਏ ਤਾਂ ਉਹ ਚੀਜ਼ ਜਾਇਜ਼ ਲੱਗੂਗੀ ਪਰ ਜਦੋਂ ਮੈਂ ਇੱਕ ਟੀਚਰ ਦੀ ਤਰ੍ਹਾਂ ਸੋਚਣਾ ਤਾਂ ਮੈਨੂੰ ਉਹ ਚੀਜ਼ ਠੀਕ ਨਹੀਂ ਲੱਗਦੀ ਯਾਰ ਕਿ ਕੋਈ ਬੱਚਾ ਫੀਸ ਕਰਕੇ ਰਹਿ ਜੇ ਠੀਕ ਹੈ ਉਹ ਚੀਜ਼ ਅੰਦਰੋਂ ਫਿਰ ਇੱਕ ਅਲੱਗ ਜਿਹਾ ਫੀਲਿੰਗ ਗਲਤ ਫੀਲਿੰਗ ਆਉਂਦੀ ਹੈ ਤਾਂ ਫਿਰ ਮੈਨੂੰ ਇਹ ਸੀ ਕਿ ਇੱਕ ਇਹੋ ਜਿਹਾ ਸਿਸਟਮ ਸੈਟਅਪ ਕੀਤਾ ਜਾਵੇ ਕਿ ਪੰਜਾਬ ਦਾ ਹਰ ਸਟੂਡੈਂਟ ਈਜ਼ੀਲੀ ਅਫੋਰਡ ਕਰਕੇ ਉਹ ਪੜ੍ਹ ਸਕੇ ਤਾਂ ਕੋਈ ਵੀ ਬੱਚਾ ਐਟਲੀਸਟ ਕੰਪੀਟੀਸ਼ਨ ਦੇ ਵਿੱਚ ਇਸ ਕਰਕੇ ਨਾ ਬੈਠੇ ਕਿ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਪੈਸੇ ਨਹੀਂ ਅਸੀਂ ਸਾਡੀ ਇੱਕ ਕੋਸ਼ਿਸ਼ ਹੈ ਜੀ ਇੱਕ ਕੋਸ਼ਿਸ਼ ਹੈ ਕਿ ਜੇ ਕਿਸੇ ਵੀ ਪੇਪਰ ਦੇ ਵਿੱਚ ਮੰਨ ਲਓ ਕੋਈ ਪਟਵਾਰੀ ਦਾ ਪੇਪਰ ਨਿਕਲਿਆ ਹੈ ਠੀਕ ਹੈ ਉਹ 'ਚ 2 ਲੱਖ ਬੱਚਾ ਬੈਠ ਰਿਹਾ ਕੰਪੀਟੀਸ਼ਨ ਸਿਰਫ 10-20% ਲੋਕਾਂ ਦੇ ਵਿੱਚ ਹੈ ਜਿਹੜੇ ਪ੍ਰੋਫੈਸ਼ਨਲ ਕੋਚਿੰਗ ਲੈ ਸਕਦੇ 80% ਲੋਕ ਤਾਂ ਪ੍ਰੋਫੈਸ਼ਨਲ ਕੋਚਿੰਗ ਅਫੋਰਡ ਹੀ ਨਹੀਂ ਕਰ ਸਕਦੇ ਅਫੋਰਡ ਨਹੀਂ ਕਰ ਸਕਦੇ ਠੀਕ ਹੈ ਇੱਕ ਜਿਹਦੇ ਫਾਦਰ ਲੇਬਰ ਕਰਦੇ ਨੇ ਸਰ ਉਹ 15-18 ਹਜ਼ਾਰ ਕਦੋਂ ਜੋੜੂ ਠੀਕ ਹੈ ਨਹੀਂ ਜੋੜ ਸਕਦਾ ਉਹ ਜੀ ਠੀਕ ਹੈ ਤਾਂ ਉਹ ਅਫੋਰਡ ਹੀ ਨਹੀਂ ਕਰਨਗੇ ਫੀਸ ਨੂੰ ਠੀਕ ਤਾਂ ਕੋਚਿੰਗ ਨਹੀਂ ਲੈ ਸਕਦੇ ਤਾਂ ਕੰਪੀਟੀਸ਼ਨ ਤੋਂ ਵੈਸੇ ਹੀ ਬਾਹਰ ਹੋ ਜਾਂਦੇ ਆ ਉਹ ਤਾਂ ਵੈਸੇ ਹੀ ਤਾਂ ਮੇਰੀ ਇਹ ਕੋਸ਼ਿਸ਼ ਹੈ ਕਿ ਘੱਟੋ ਘੱਟ ਬੱਚਾ ਕੰਪੀਟੀਸ਼ਨ 'ਚ ਬੈਠੇ ਉਹਨੂੰ ਇਹ ਨਾ ਫੀਲ ਹੋਵੇ ਕਿ ਮੈਂ ਤਿਆਰੀ ਨਹੀਂ ਕੀਤੀ ਕਿਉਂਕਿ ਮੇਰੇ ਕੋਲ ਫੀਸ ਨਹੀਂ ਸੀ ਠੀਕ ਹੈ ਅੱਗੇ ਜੋਬ ਮਿਲਣੀ ਨਾ ਮਿਲਣੀ ਉਹਦੀ ਮਿਹਨਤ ਆ ਉਹਦੀ ਕਿਸਮਤ ਆ ਪਰ ਸਾਡਾ ਕੰਮ ਕੀ ਹੈ ਬੱਚੇ ਨੂੰ ਓਪਰਚੁਨਿਟੀ ਪ੍ਰੋਵਾਈਡ ਕਰਨਾ ਬੱਚੇ ਨੂੰ ਪਲੈਟਫਾਰਮ ਪ੍ਰੋਵਾਈਡ ਕਰਨਾ ਇਹ ਮੇਰੀ ਸੋਚ ਆ ਕਿ ਇਹ ਵਰਧਮਾਨ ਇੰਸਟੀਚਿਊਟ ਨੂੰ ਪੰਜਾਬੀ ਦਾ ਇੰਸਟੀਚਿਊਟ ਬਣਾਉਣਾ ਠੀਕ ਹੈ ਸਰ ਹੁਣ ਸਰ ਆਪਾਂ ਅਗਲੇ ਸਵਾਲ 'ਤੇ ਆਈਏ ਜਿਹੜੀ ਜਰਨੀ ਸੀ ਉਹ ਕਦ ਤੋਂ ਸ਼ੁਰੂ ਹੋਈ ਇਹ ਜਿਹੜਾ ਵਰਧਮਾਨ ਇੰਸਟੀਚਿਊਟ ਨੂੰ ਬਣਾਉਣ ਦਾ ਕਨਸੈਪਟ ਸੀਗਾ ਟੀਚਿੰਗ ਲਾਈਨ ਦਾ ਉਹ ਕਦ ਤੋਂ ਆਇਆ ਜਿਹੜਾ ਸੰਘਰਸ਼ ਵਾਲਾ ਤੁਹਾਡਾ ਦੌਰ ਸੀਗਾ ਕਿਉਂਕਿ ਹਰ ਇੱਕ ਪੂਰੇ ਤੱਕ ਪਹੁੰਚਣ ਲਈ ਸੰਘਰਸ਼ ਵੀ ਬਹੁਤ ਤੁਹਾਨੂੰ ਕਰਨਾ ਪਿਆ ਹੋਊਗਾ ਉਹ ਵੀ ਸਾਰਾ ਵਿਸਤਾਰ ਪੂਰਵਕ ਦੱਸੋ
ਸਰ 2000 ਜੇ ਮੈਂ ਆਪਦੀ ਪਹਿਲਾਂ ਸ਼ੋਰਟ ਦੇ ਵਿੱਚ ਮੈਂ ਆਪਦੀ ਜਰਨੀ ਦੱਸਾਂ ਤਾਂ ਮੇਰੀ ਜਿਹੜੀ 10th ਤੱਕ ਪਲੱਸ 2 ਤੱਕ ਦੀ ਜਿਹੜੀ ਪੜ੍ਹਾਈ ਹੈ ਐਕਚੁਅਲੀ ਮੈਂ ਬੇਸਿਕਲੀ ਰਾਮਾ ਮੰਡੀ ਡਿਸਟ੍ਰਿਕਟ ਬਠਿੰਡਾ ਤੋਂ ਬਿਲੋਂਗ ਕਰਦਾ। ਠੀਕ ਹੈ। ਛੋਟੀ ਜਿਹੀ ਮੰਡੀ ਹੈ, ਇੱਕ ਛੋਟਾ ਜਿਹਾ ਕਸਬਾ। ਓਕੇ। ਠੀਕ ਹੈ। ਉੱਥੋਂ ਮੇਰੀ ਜਿਹੜੀ ਪਲੱਸ 2 ਦੀ ਪੜ੍ਹਾਈ ਹੈ ਮੇਰੀ ਉਹ 10ਵੀਂ ਦੀ ਪੜ੍ਹਾਈ ਮੇਰੀ MSD ਸੀਨੀਅਰ ਸੈਕੰਡਰੀ ਸਕੂਲ ਅਤੇ 12ਵੀਂ ਦੀ ਪੜ੍ਹਾਈ ਮੇਰੀ ਹਿੰਦੂ ਹਾਈ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਸਕੂਲ ਸੀ ਉੱਥੋਂ ਹੋਈ। ਓਕੇ ਠੀਕ ਹੈ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਬਠਿੰਡਾ, ਸਾਨੂੰ ਡਿਸਟ੍ਰਿਕਟ ਪੈਂਦਾ ਸੀ, ਬਠਿੰਡਾ ਜਾ ਕੇ ਰਜਿੰਦਰਾ ਕਾਲਜ, ਤੁਸੀਂ ਸੁਣਿਆ ਹੋਊਗਾ। ਹਾਂਜੀ, ਸਰਕਾਰੀ ਰਜਿੰਦਰਾ ਕਾਲਜ ਦੇ ਵਿੱਚ ਉਹ ਮੈਂ ਗ੍ਰੈਜੂਏਸ਼ਨ ਕੀਤੀ। ਠੀਕ ਹੈ। ਉਸ ਤੋਂ ਬਾਅਦ ਮੈਂ ਫਰਦਰ MBA ਕਰਨ ਦੇ ਲਈ ਚੰਡੀਗੜ੍ਹ ਚਲਾ ਗਿਆ। ਚੰਡੀਗੜ੍ਹ ਉਸ ਤੋਂ ਬਾਅਦ ਜਦੋਂ MBA ਮੇਰੀ ਕੰਪਲੀਟ ਹੋਈ ਅਤੇ ਮੈਨੂੰ ਅੰਦਰੋਂ ਥੋੜ੍ਹਾ ਜਿਹਾ ਫੀਲ ਜਿਹਾ ਆਇਆ, ਸਾਡੇ ਉੱਥੇ ਟੀਚਰ ਸੀ ਉਹਨਾਂ ਨੇ ਗਾਈਡ ਕੀਤਾ ਕਿ ਇੱਦਾਂ ਇੱਦਾਂ, ਇਸ ਤੋਂ ਬਾਅਦ ਇੱਕ UGC ਦਾ ਪੇਪਰ ਹੁੰਦਾ, ਤੁਸੀਂ ਉਹ ਕਲੀਅਰ ਕਰਕੇ ਤੁਸੀਂ ਅੱਗੇ ਜਾ ਕੇ ਟੀਚਿੰਗ ਲਾਈਨ 'ਚ ਜਾ ਸਕਦੇ ਹੋ। ਅਤੇ ਮੇਰਾ ਥੋੜ੍ਹਾ ਜਿਹਾ ਅੰਦਰੋਂ ਸੀ, ਬਲੱਡ 'ਚ ਹੀ ਸਾਡੇ ਟੀਚਰ, ਮੇਰੇ ਦਾਦਾ ਜੀ ਟੀਚਰ ਰਹੇ ਆ। ਓਕੇ। ਮੇਰੇ ਮਦਰ ਟੀਚਰ ਰਹੇ ਆ। ਓਕੇ। ਉਹ ਬਲੱਡ 'ਚ ਹੀ ਆਉਂਦਾ ਰਿਹਾ। ਠੀਕ ਹੈ ਠੀਕ ਹੈ। ਤਾਂ ਫਿਰ ਮੈਨੂੰ ਵੀ ਸੀ ਕਿ ਚਲੋ ਟੀਚਰ ਮੈਂ ਬਣਨਾ, ਅਤੇ ਫਿਰ ਮੈਂ UGC ਕੁਆਲੀਫਾਈ ਕੀਤਾ। ਓਕੇ। JRF ਮੇਰਾ ਕੁਆਲੀਫਾਈ ਹੋਇਆ, ਮੈਂ ਓਵਰਆਲ ਇੰਡੀਆ ਦੇ ਵਿੱਚੋਂ ਟੋਪ 1% ਦੇ ਵਿੱਚ ਮੇਰਾ ਰੈਂਕ ਸੀ। ਠੀਕ ਹੈ। ਅਤੇ JRF ਕੁਆਲੀਫਾਈ ਹੋਇਆ ਅਤੇ ਉਹਦੇ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ PhD ਕਰਨ ਆਇਆ। ਓਕੇ। ਇੱਥੇ ਮੈਂ ਸਕੂਲ ਆਫ ਮੈਨੇਜਮੈਂਟ ਸਟੱਡੀ ਦੇ ਵਿੱਚ ਡਾਕਟਰ BV ਸਿੰਗਲਾ ਦੇ ਅੰਡਰ ਮੈਂ PhD ਕੰਪਲੀਟ ਕੀਤੀ। PhD ਦੇ ਦੌਰਾਨ ਹੀ ਮੈਂ ਵਰਧਮਾਨ ਇੰਸਟੀਚਿਊਟ ਓਪਨ ਕੀਤਾ। ਠੀਕ ਹੈ। ਉਦੋਂ ਮੇਰਾ ਬਹੁਤ ਜ਼ਿਆਦਾ ਇੰਟਰਸਟ ਬਣ ਚੁੱਕਿਆ ਸੀ ਟੀਚਿੰਗ ਦੇ ਵਿੱਚ, ਕਿਉਂਕਿ ਸਾਨੂੰ ਬੀਂਗ ਅ ਸਕਾਲਰ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਸੀ, ਇੱਕ ਇੰਟਰਸਟ ਬਣ ਚੁੱਕਿਆ ਸੀ। ਠੀਕ ਹੈ। ਤਾਂ ਫਿਰ ਮੈਨੂੰ ਲੱਗਿਆ ਕਿ ਆਪਣਾ ਕੁਛ ਕਰਨਾ ਚਾਹੀਦਾ ਤਾਂ ਕਿ ਆਪਾਂ ਲਾਈਫ ਦੇ ਵਿੱਚ ਅੱਗੇ ਗਰੋ ਕਰ ਸਕੀਏ, ਹੈ ਨਾ, ਸੋਸਾਇਟੀ ਦੇ ਉੱਪਰ ਇੱਕ ਅਲੱਗ ਤੋਂ ਇੰਪੈਕਟ ਪਾ ਸਕੀਏ। ਠੀਕ ਹੈ। ਅਤੇ ਕੁਛ ਇਹ ਵੀ ਮਾਇੰਡ ਦੇ ਵਿੱਚ ਸੀ ਕਿ ਇੰਪਲੋਇਮੈਂਟ ਜਨਰੇਟ ਕਰਨੀ ਆ ਆਪਾਂ। ਓਕੇ। ਠੀਕ ਹੈ। ਅਤੇ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਸੀ, ਬਟ ਇਹ ਨਹੀਂ ਸੋਚਿਆ ਸੀ ਕਿ ਕਦੇ ਆਪਾਂ ਇੰਨਾ ਉੱਪਰ ਜਾਵਾਂਗੇ, ਪਰ ਇਹ ਸੀ ਕਿ ਹਾਂ ਇੱਦਾਂ ਦਾ ਕੁਛ ਕਰਨਾ, ਕੋਸ਼ਿਸ਼ ਕਰਨੀ ਹੈ। ਡਿਜ਼ਾਈਨ ਸੀ। ਅਤੇ ਉਹਦੇ ਵਿੱਚ ਫਿਰ ਮੈਂ ਇੱਥੇ ਯੂਨੀਵਰਸਿਟੀ ਦੇ ਸਾਹਮਣੇ ਹੀ ਇੱਕ ਛੋਟੀ ਜਿਹੀ ਅਸੀਂ ਰੂਮ ਲਿੱਤਾ। ਠੀਕ ਹੈ। ਉਹਦੇ ਵਿੱਚ 10 ਤੋਂ 15 ਬੱਚਿਆਂ ਦੀ ਕਪੈਸਿਟੀ ਸੀ। ਉਹ ਰੈਂਟ 'ਤੇ ਲੈ ਕੇ ਅਸੀਂ ਉੱਥੋਂ ਸਟਾਰਟ ਕੀਤਾ। ਅਤੇ ਉਸ ਟਾਈਮ ਮੈਂ ਸਿੰਗਲ ਹੀ ਸੀ, ਇਕੱਲਾ ਹੀ ਸੀ। ਠੀਕ ਹੈ। ਅਤੇ ਥੋੜ੍ਹੇ ਬਹੁਤ ਜਿਹੜੇ ਸਟਾਈਫਨ ਆਉਂਦਾ ਸੀ ਯੂਨੀਵਰਸਿਟੀ ਤੋਂ PhD ਦਾ, JRF ਦਾ, ਉਹੀ ਪੈਸੇ ਨਾਲ ਥੋੜ੍ਹਾ ਬਹੁਤ ਸ਼ੁਰੂ ਕਰ ਲਿਆ। ਠੀਕ ਹੈ। ਅਤੇ ਘਰੋਂ ਕੋਈ ਮੈਂ ਸਪੋਰਟ ਨਹੀਂ ਕੀਤੀ ਉਸ ਚੀਜ਼ ਦੇ ਲਈ। ਠੀਕ ਹੈ। ਆਪਣੇ ਲੈਵਲ 'ਤੇ ਸ਼ੁਰੂ ਕੀਤਾ। ਉਦੋਂ 3-4 ਬੱਚੇ ਮੇਰੇ ਕੋਲ ਸਟਾਰਟਿੰਗ ਦੇ ਵਿੱਚ ਪੜ੍ਹਨ ਲਈ ਆਏ। ਉਹ ਯੂਨੀਵਰਸਿਟੀ 'ਚ ਹੋਸਟਲ 'ਚ ਰਹਿੰਦੇ ਸੀ, ਇੰਨੀ ਜਾਣ ਪਛਾਣ ਹੈਗੀ ਸੀ, ਹੋਸਟਲ 'ਚ ਕਮਰੇ 'ਚ ਪੜ੍ਹਾ ਦਿੰਦੇ ਸੀ ਕਈ ਵਾਰ ਸਟੂਡੈਂਟਸ ਨੂੰ, ਹੈ ਨਾ, ਮਤਲਬ ਨਾਲ ਵਾਲਿਆਂ ਨੂੰ, ਫਰੈਂਡਸ ਨੂੰ। ਠੀਕ ਹੈ। ਉਹਨਾਂ ਦੀ ਰਿਕਮੈਂਡ ਨਾਲ ਹੀ 2-3 ਬੱਚੇ ਆ ਗਏ। ਠੀਕ ਹੈ। ਅਤੇ ਉਦੋਂ 3-4 ਬੱਚਿਆਂ ਤੋਂ ਸ਼ੁਰੂ ਕੀਤੀ, ਹੌਲੀ ਹੌਲੀ ਪਰਮਾਤਮਾ ਦੀ ਮਿਹਰ ਬੰਦੀ ਰਹੀ, ਮਿਹਨਤ ਕਰਦੇ ਰਹੇ। ਠੀਕ ਹੈ। ਅਤੇ 5-6 ਮਹੀਨਿਆਂ ਦੇ ਅੰਦਰ ਅੰਦਰ ਫੀਲਿੰਗ ਆ ਗਈ ਸੀ, ਇਹ ਫੀਲ ਹੋਣ ਲੱਗ ਗਿਆ ਸੀ ਕਿ ਇਹ ਬਹੁਤ ਉੱਪਰ ਜਾਊਗੀ ਜੀ, ਵੀ ਚੱਲ ਪਿਆ ਕੰਮ। ਹਾਂ। ਠੀਕ ਹੈ। ਕਿ ਮਿਹਨਤ ਪਰਮਾਤਮਾ ਨੇ ਹੱਥ ਰੱਖ ਲਿਆ ਮਿਹਨਤ ਦੇ ਉੱਤੇ। ਠੀਕ ਹੈ। ਬੰਦੇ ਨੂੰ 5-6 ਮਹੀਨਿਆਂ 'ਚ ਪਤਾ ਲੱਗ ਜਾਂਦਾ, ਪਤਾ ਲੱਗ ਜਾਂਦਾ ਯਾਰ ਆਪਾਂ ਕੁਝ ਕਰ ਲਈਏ। ਉਹਦੇ ਦੌਰਾਨ ਮੇਰੀਆਂ 2 ਸਰਕਾਰੀ ਜੋਬਸ ਲੱਗੀਆਂ। ਓਕੇ। ਮੇਰੇ 2 ਪੇਪਰ ਕਲੀਅਰ ਹੋਏ ਆ, ਕਿਉਂਕਿ ਮੈਂ ਆਪ ਵੀ ਨਾਲ ਨਾਲ ਪ੍ਰੈਪਰੇਸ਼ਨ ਕਰਦਾ ਰਹਿੰਦਾ ਸੀ। ਠੀਕ ਹੈ। ਠੀਕ ਹੈ। ਪਰ ਮੇਰਾ ਪ੍ਰੈਪਰੇਸ਼ਨ ਕਰਨ ਦਾ ਜਿਹੜਾ ਮੋਟਿਵ ਸੀ ਉਹ ਇਹ ਸੀ ਕਿ ਮੇਰੀ ਨੋਰਮਲੀ ਹਰ ਸਬਜੈਕਟ ਦੇ ਉੱਤੇ ਕਮਾਂਡ ਹੋਵੇ, ਕਿ ਮੈਨੂੰ ਜ਼ਿਆਦਾ ਕਿਸੇ 'ਤੇ ਡਿਪੈਂਡੈਂਟ ਨਾ ਰਹਿਣਾ ਪਵੇ ਜਦੋਂ ਮੈਂ ਖੁਦ ਪੜ੍ਹਾਵਾਂ। ਠੀਕ ਹੈ। ਜਿਹੜੇ ਕੰਪੀਟੀਟਿਵ ਦੇ 4-5 ਮੇਨ ਸਬਜੈਕਟ ਹੁੰਦੇ ਆ, ਕੁਆਂਟ, ਰੀਜ਼ਨਿੰਗ, ਤਾਂ ਮੈਨੂੰ ਇਹ ਸੀ ਕਿ ਮੈਂ ਇਹਨਾਂ ਦੀ ਅੱਛੀ ਤਿਆਰੀ ਕਰਕੇ ਮੈਂ ਖੁਦ
ਲੀਡ ਕਰਿਆ ਇਹਨਾਂ ਚੀਜ਼ਾਂ 'ਚ। ਠੀਕ ਹੈ, ਮੈਂ ਉਸ ਪਰਪਜ਼ ਨਾਲ ਤਿਆਰੀ ਕਰਦਾ ਸੀ। ਮੇਰੇ ਦੋ ਇਗਜ਼ਾਮ ਕਲੀਅਰ ਹੋਏ, ਬਟ ਉਦੋਂ ਤੱਕ ਜਦੋਂ ਤੱਕ ਮੇਰੇ ਉਹਨਾਂ ਇਗਜ਼ਾਮ ਦਾ ਰਿਜ਼ਲਟ ਆਇਆ ਉਦੋਂ ਤੱਕ ਮੇਰਾ ਇੰਸਟੀਚਿਊਟ ਮਤਲਬ ਵਰਧਮਾਨ ਇੰਸਟੀਚਿਊਟ ਉਹ ਹੀ ਅੱਛੀ ਗਰੋਥ 'ਤੇ ਸੀ। ਠੀਕ ਹੈ, ਫਿਰ ਚਲੋ ਜੋਬਸ ਆਪਾਂ ਛੱਡਤਾ ਕਿ ਆਪਾਂ ਕਰਨੀ ਨਹੀਂ, ਆਪਾਂ ਇਸੇ ਹੀ ਲਾਈਨ 'ਚ ਅੱਗੇ ਜਾਣਾ। ਹੌਲੀ ਹੌਲੀ ਨਾਲ ਨਵੇਂ ਟੀਚਰ ਜੁੜਦੇ ਗਏ, ਜਦੋਂ ਸਟੂਡੈਂਟ ਵੱਧਦੇ ਗਏ, ਡੀ ਐੱਸ ਪੀ ਮਨੋਜ ਗੌਰ ਸਿੰਘ ਨੂੰ ਤੁਸੀਂ ਜਾਣਦੇ ਹੋਵੋਗੇ ਜੀ, ਉਹਨਾਂ ਨੇ ਵੀ ਇੱਥੇ ਪੜ੍ਹਾਇਆ। ਓਕੇ, ਮੇਰੀ ਹੈਲਪ ਕੀਤੀ ਜਦੋਂ ਪੀ ਸੀ ਐੱਸ ਔਫਿਸਰ ਨਹੀਂ ਬਣੀ ਸੀ ਉਸ ਤੋਂ ਪਹਿਲਾਂ। ਠੀਕ ਹੈ, ਠੀਕ ਹੈ। ਫਿਰ ਉਹ ਤੋਂ ਬਾਅਦ ਹੁਣ ਇਸ ਟਾਈਮ ਡੇਰਾਬਸੀ ਕੁਲਦੀਪ ਸਿੰਘ ਤਹਿਸੀਲਦਾਰ ਨੇ, ਤਹਿਸੀਲਦਾਰ ਬਣਨ ਤੋਂ ਪਹਿਲਾਂ ਵੀ ਉਹਨਾਂ ਨੇ ਇੱਥੇ ਆਪਦੀਆਂ ਸੇਵਾਵਾਂ ਦਿੱਤੀਆਂ, ਉਹ ਵੀ ਪੜ੍ਹਾ ਕੇ ਗਏ। ਠੀਕ ਹੈ, ਠੀਕ ਹੈ। ਇਸ ਤਰ੍ਹਾਂ ਦੇ ਅੱਛੇ ਲੋਕ ਸਾਡੇ ਨਾਲ ਵਧੀਆ ਜੁੜਦੇ ਗਏ ਅਤੇ ਹੌਲੀ ਹੌਲੀ ਕਾਰਵਾਂ ਬਣਦਾ ਗਿਆ। ਠੀਕ ਹੈ, ਅਤੇ ਅੱਜ 9 ਸਾਲ ਹੋ ਗਏ ਸਰ, ਪਤਾ ਨਹੀਂ ਲੱਗਿਆ ਕਿ ਮਤਲਬ ਬਹੁਤ ਅੱਛੀ ਜਰਨੀ ਰਹੀ ਉਹਦੇ ਵਿੱਚ। ਸੰਘਰਸ਼ ਤਾਂ ਦੇਖਿਆ ਜਾਵੇ ਤਾਂ ਹੁਣ ਐਂ ਲੱਗਦਾ ਕਿ ਉਹ ਕਹਿੰਦੇ ਨਾ ਕਿ ਜਦੋਂ ਇੰਨੀ ਮਿਹਨਤ ਕੀਤੀ ਹੋਵੇ ਉਸ ਤੋਂ ਬਾਅਦ ਜਿਹੜੀ ਸਫਲਤਾ ਮਿਲਦੀ ਆ ਉਹਦਾ ਇੱਕ ਰੰਗ ਰੂਪ ਅਲੱਗ ਹੁੰਦਾ। ਰੰਗ ਰੂਪ ਅਲੱਗ ਹੁੰਦਾ। ਜਦੋਂ ਸਟਾਰਟ ਕੀਤਾ ਸੀ ਨਾ ਉਦੋਂ ਮੈਨੂੰ ਯਾਦ ਆ ਜਿਹੜੇ ਮੇਰੇ ਦੋਸਤ ਸੀ ਹੋਸਟਲ ਦੇ ਵਿੱਚ, ਅਸੀਂ ਪੰਜਾਬੀ ਯੂਨੀਵਰਸਿਟੀ ਦੇ 4 ਨੰਬਰ ਹੋਸਟਲ 'ਚ ਰਹਿੰਦੇ ਸੀ ਪੀ ਐੱਚ ਡੀ ਵਾਲੇ ਜੀ, ਅਤੇ ਅਸੀਂ ਪੋਸਟਰ ਰਾਤ ਨੂੰ ਆਪ ਲਾ ਕੇ ਆਉਣੇ ਕੰਧਾਂ 'ਤੇ। ਠੀਕ ਹੈ, ਉੱਥੋਂ ਹੋਸਟਲ ਦੇ ਵਿੱਚੋਂ ਮਾਵਾ ਬਣਾ ਲੈਣਾ ਅਤੇ ਉਹ ਬਣਵਾ ਕੇ ਉਹ ਜਿਹੜੀ ਉਹ ਹੁੰਦੀ ਹੈ ਨਾ ਆਟੇ ਦੀ, ਕੀ ਕਹਿੰਦੇ ਉਹਨੂੰ, ਗੋਈ ਜੀ ਬਣਾ ਕੇ ਉਹਨੇ, ਹੈ ਨਾ, ਅਤੇ ਉਹ ਬਣਾ ਕੇ ਉਹ, ਅਤੇ ਅਸੀਂ ਇੱਕ ਨੇ ਬ੍ਰਸ਼ ਨਾਲ ਉਹ ਕੰਧਾਂ 'ਤੇ ਲਾਉਣਾ, ਇੱਕ ਹੋਸਟਲ ਹੋਸਟਲ ਚਪਕੇ ਨੇ ਆਸੇ ਪਾਸੇ ਸਾਰੇ ਏਰੀਏ ਦੇ ਵਿੱਚ ਅਸੀਂ ਆਪ, ਕਿਉਂਕਿ ਉਦੋਂ ਇੰਨੇ ਫੰਡਸ ਨਹੀਂ ਹੁੰਦੇ ਸੀ ਕਿ ਯਾਰ ਕਿ ਆਪਾਂ ਕਿਸੇ ਨੂੰ ਹਾਇਰ ਕਰਕੇ ਉੱਥੇ ਲਵਾਈਏ, ਹੈ ਨਾ, ਤਾਂ ਆਪ ਹੀ ਰਾਤ ਨੂੰ ਨਿਕਲ ਜਾਂਦੇ। ਇੱਕ ਵਾਰ ਨਹੀਂ, ਇਹ ਰੂਟੀਨ 'ਚ ਲਗਾਤਾਰ 5-6 ਮਹੀਨੇ ਇਹ ਪ੍ਰੋਸੈਸ ਚੱਲਿਆ। ਠੀਕ ਹੈ, ਜਦੋਂ ਤੱਕ ਠੀਕ ਨਹੀਂ ਹੋਇਆ ਉਦੋਂ ਤੱਕ ਅਸੀਂ ਆਪ ਹੀ ਇਹ ਸਾਰਾ ਗਰਾਊਂਡ ਲੈਵਲ 'ਤੇ ਕੰਮ ਕੀਤਾ। ਠੀਕ ਹੈ, ਹੁਣ ਮੈਂ ਅਗਲੇ ਸਵਾਲ 'ਤੇ ਆਉਣਾ ਵੀ ਜਿਹੜੀ ਹੁਣ ਤੁਸੀਂ ਐਜ਼ ਪ੍ਰੈਜੈਂਟ ਕਿਹੜੇ ਕਿਹੜੇ ਐਗਜ਼ਾਮ ਦੀ ਜਿਹੜੀ ਤਿਆਰੀ ਹੈ ਤਾਂ ਕਿ ਬੱਚੇ ਦੇਖ ਸਕਣ, ਤੁਹਾਡੇ ਕੋਲ ਆ ਸਕਣ, ਕਿਹੜੇ ਕਿਹੜੇ ਐਗਜ਼ਾਮ ਦੀ ਤੁਸੀਂ ਤਿਆਰੀ ਜਿਹੜੀ ਉਹ ਕਰਵਾਉਂਦੇ ਹੋ? ਸਰ, ਵਰਧਮਾਨ ਕਰੀਅਰ ਪਲੇਸ ਦੇ ਵਿੱਚ ਇਸ ਟਾਈਮ ਜਿਹੜੇ ਅਸੀਂ ਇਗਜ਼ਾਮ ਦੀ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਉਹ ਮੋਸਟਲੀ ਜਿੰਨੇ ਵੀ ਸਟੇਟ ਲੈਵਲ ਦੇ ਕੰਪੀਟੀਟਿਵ ਇਗਜ਼ਾਮਸ ਹੁੰਦੇ ਆ ਉਹਨਾਂ ਸਾਰੇ ਦੇ ਕਰਾ ਰਹੇ ਹਾਂ ਜੀ। ਠੀਕ ਹੈ, ਸਟੇਟ ਲੈਵਲ ਦੇ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਜਿਵੇਂ ਸਬ ਇੰਸਪੈਕਟਰ ਪੁਲਿਸ ਇਗਜ਼ਾਮਸ ਆ ਗਏ, ਕੌਂਸਟੇਬਲ ਦੇ ਆ ਗਏ, ਪੰਜਾਬ ਪਟਵਾਰੀ ਆ ਗਿਆ, ਐਕਸਾਈਜ਼ ਆ ਗਿਆ, ਹੋਰ ਜਿੰਨੇ ਵੀ ਕੰਪੀਟੀਟਿਵ ਸੈਂਟਰ ਲੈਵਲ ਦੇ ਹੋ ਗਏ ਉਹ ਸਾਰੇ ਇਗਜ਼ਾਮ ਦੀ ਤਿਆਰੀ ਕਰਾਉਂਦੇ ਹਾਂ। ਠੀਕ ਹੈ, ਨਾਲ ਨਾਲ ਟੀਚਿੰਗ ਕੈਡਰ ਦੇ ਹੋ ਗਏ, ਪੀ ਐੱਸ ਟੈਟ ਹੋ ਗਿਆ, ਸੀ ਟੈਟ ਹੋ ਗਿਆ, ਮਾਸਟਰ ਕੈਡਰ ਹੋ ਗਿਆ, ਯੂ ਜੀ ਸੀ ਨੈੱਟ ਹੋ ਗਿਆ, ਈ ਟੀ ਟੀ ਕੈਡਰ, ਇਹ ਸਾਰੇ ਇਗਜ਼ਾਮਸ ਨੂੰ ਅਸੀਂ ਕਵਰ ਕਰਦੇ ਹਾਂ। ਠੀਕ ਹੈ, ਸਕੂਲ ਲਾਈਬ੍ਰੇਰੀਅਨ ਜਿੰਨੇ ਵੀ ਸਟੇਟ ਲੈਵਲ ਆਲ ਕੰਪੀਟੀਟਿਵ ਇਗਜ਼ਾਮਸ। ਠੀਕ ਹੈ, ਅੱਛਾ, ਹੁਣ ਮੈਂ ਇੱਕ ਅਗਲੇ ਥੋੜ੍ਹੇ ਤਿੱਖੇ ਸਵਾਲ 'ਤੇ ਆਉਣਾ ਜੀ। ਇਹ ਤੁਸੀਂ ਬਿਜ਼ਨਸ ਮੈਨੇਜਮੈਂਟ ਦੀ ਪੀ ਐੱਚ ਡੀ ਕੀਤੀ ਹੈ, ਹਾਂਜੀ, ਜਿਹੜੀ ਤੁਸੀਂ ਇੰਨੀ ਘੱਟ ਫੀਸ ਲੈ ਕੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਕਿਤੇ ਕੋਈ ਇਹ ਬਿਜ਼ਨਸ ਸਟ੍ਰੈਟਜੀ ਤਾਂ ਨਹੀਂ ਹੈਗੀ? ਇਹਦਾ ਜਵਾਬ ਦਿਓ। ਬਿਲਕੁਲ, ਇਹ ਤੁਹਾਡਾ ਇੱਕ ਪਿਓਰ ਜਰਨਲਿਸਟ ਵਾਲਾ ਸਵਾਲ ਆ। ਹਾਂਜੀ, ਦੇਖੋ ਸਰ, ਇਹਦਾ ਇਹ ਅਸੀਂ ਜਿਹੜਾ 15,000 ਰੁਪਏ ਤੋਂ 3,000 ਰੁਪਇਆ ਅਸੀਂ ਔਫਲਾਈਨ ਫੀਸ ਕੀਤੀ ਹੈ। ਹਾਂਜੀ ਹਾਂ, ਚਲੋ 15 ਤੋਂ ਕੋਈ 10 ਕਰ ਦੇਵੇ ਉਹ ਤਾਂ ਸਮਝ ਚ ਆਉਂਦਾ, ਪਰ 15 ਤੋਂ ਜਿਹੜੀ 3,000 ਰੁਪਏ ਫੀਸ ਕੀਤੀ, ਇਹ ਸਮਝ ਥੋੜ੍ਹਾ ਹੀ ਔਖੀ ਹੈ ਇਸ ਚੀਜ਼ ਦੀ। ਬਿਜ਼ਨਸ ਸਟ੍ਰੈਟਜੀ ਤੁਸੀਂ ਇਹਨੂੰ ਕਹਿ ਸਕਦੇ ਹੋ। ਅੱਛਾ ਜੀ, ਓਕੇ, ਕੰਪੀਟੀਟਰ ਵੀ ਕਹਿ ਸਕਦੇ ਆ। ਠੀਕ ਹੈ, ਪਰ ਸਟੂਡੈਂਟ ਨਹੀਂ ਕਹੂਗਾ। ਜਿਹੜਾ ਬੱਚਾ 15,000 ਅਫੋਰਡ ਨਹੀਂ ਕਰ ਸਕਦਾ, ਠੀਕ ਹੈ, ਉਹ ਬੱਚੇ ਤੋਂ ਅਸੀਂ 3,000 ਰੁਪਇਆ ਲੈ ਕੇ ਉਹਨੂੰ 15,000 ਰੁਪਏ ਵਾਲੀ ਕੁਆਲਿਟੀ ਦੇ ਰਹੇ ਹਾਂ। ਠੀਕ ਹੈ, ਅਤੇ ਕੱਲ੍ਹ ਉਹ ਬੱਚਾ ਕਿਤੇ ਪਟਵਾਰੀ ਲੱਗ ਜੇ, ਕਿਤੇ ਬੈਂਕ 'ਚ ਲੱਗ ਜੇ,
ਇਹ ਤਾਂ ਸਬ ਇੰਸਪੈਕਟਰ ਬਣ ਜਾਏ ਬਿਲਕੁਲ, ਫਿਰ ਇਹ ਉਹਦੇ ਲਈ ਬਿਜ਼ਨਸ ਸਟ੍ਰੈਟਜੀ ਕਿਵੇਂ ਹੋਈ ਜੇ ਅਸੀਂ ਸਟੂਡੈਂਟ ਪੁਆਇੰਟ ਆਫ ਵਿਊ ਨਾਲ ਦੇਖੀਏ। ਨੰਬਰ 2, ਵਰਧਮਾਨ ਇੰਸਟੀਚਿਊਟ ਆਪਣੇ ਆਪ ਦੇ ਵਿੱਚ ਇੱਕ ਬ੍ਰੈਂਡ ਨੇਮ ਹੈ। ਸਾਨੂੰ 9 ਸਾਲ ਹੋ ਗਏ, ਠੀਕ ਹੈ, 1800 ਤੋਂ ਜ਼ਿਆਦਾ ਸਾਡੀਆਂ ਸਿਲੈਕਸ਼ਨਸ ਨੇ, ਓਕੇ, 8 ਨੈਸ਼ਨਲ ਅਵਾਰਡਸ ਨੇ, ਓਕੇ, ਪਿਛਲੇ ਸਾਲ 2022 ਦਾ 23 ਦਾ ਬੈਸਟ ਇੰਸਟੀਚਿਊਟ ਦਾ ਅਵਾਰਡ SSP ਵਰੁਣ ਸ਼ਰਮਾ ਤੋਂ ਸਰ ਤੋਂ ਦੈਨਿਕ ਭਾਸਕਰ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ ਪੂਰੇ ਪਟਿਆਲੇ ਦਾ, ਉਹ ਸਾਨੂੰ ਮਿਲਿਆ। ਓਕੇ, ਜਦੋਂ ਤੁਸੀਂ ਕੋਈ ਬ੍ਰੈਂਡ ਬਣਾ ਚੁੱਕੇ ਹੋ, ਅੱਛਾ ਮਤਲਬ ਕੁਆਲਿਟੀ ਦੇ ਵਿੱਚ ਵੀ, ਸਟੱਡੀ ਦੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ, ਜਦੋਂ ਤੁਸੀਂ ਬ੍ਰੈਂਡ ਬਣਾ ਚੁੱਕੇ ਹੋ, ਠੀਕ ਹੈ, ਉਦੋਂ ਤਾਂ ਫਿਰ ਤੁਹਾਡੀ ਫੀਸ ਵਧਣੀ ਚਾਹੀਦੀ ਆ। ਮੈਂ ਉਹੀ ਗੱਲ, ਉਸੇ ਗੱਲ ਵਧਣੀ ਚਾਹੀਦੀ ਨਾ, ਬਿਲਕੁਲ, ਅਸੀਂ ਉਦੋਂ ਘਟਾ ਰਹੇ ਹਾਂ। ਇਟ ਮੀਨਸ ਸਾਡਾ ਜਿਹੜਾ ਪਰਪਜ਼ ਆ ਉਹ ਕੀ ਆ, ਸੋਸ਼ਲ ਵੈਲਫੇਅਰ ਦਾ ਪਰਪਜ਼ ਆ। ਓਕੇ, ਠੀਕ ਹੈ, ਜੇ ਅਸੀਂ ਅੱਜ ਮਾਰਕੀਟ 'ਚ ਨਵੇਂ ਆਏ ਹਾਂ, ਅਸੀਂ ਫੀਸ ਘਟਾਈਏ, ਫਿਰ ਤਾਂ ਲੋਕ ਕਹਿਣ ਠੀਕ ਹੈ, ਸਟੂਡੈਂਟਸ ਨੂੰ ਅਟਰੈਕਟ ਕਰਨਾ ਚਾਹੁੰਦੇ ਆ। ਓਕੇ, ਬਟ ਆਲਰੇਡੀ ਸਾਨੂੰ ਬੱਚਾ 15,000 ਦੇਣ ਲਈ ਤਿਆਰ ਹੈ, ਠੀਕ ਹੈ, ਅਸੀਂ ਫਿਰ ਵੀ 3 ਲੈ ਰਹੇ ਹਾਂ। ਓਕੇ, ਤਾਂ ਇਹਦਾ ਮਤਲਬ ਅਸੀਂ ਜਿਹੜਾ ਸਾਡਾ ਮੇਨ ਪਰਪਜ਼ ਆ ਹੁਣ ਉਹ ਕੀ ਹੈ, ਉਹ ਸੋਸਾਇਟੀ ਦਾ ਕੋਈ ਨਾ ਕੋਈ ਇੰਪੈਕਟ ਕਰ ਸਕੇ। ਓਕੇ, ਇਹਦੀਆਂ ਮੈਂ ਤੁਹਾਨੂੰ 1-2 ਐਗਜ਼ਾਮਪਲ ਦਊਂਗਾ ਜੀ, ਜਿਹਨੇ ਮੈਨੂੰ ਬਹੁਤ ਜ਼ਿਆਦਾ ਇੰਸਪਾਇਰ ਕੀਤਾ ਇਸ ਚੀਜ਼ ਦੇ ਨਾਲ ਜੁੜਨ ਦੇ ਲਈ ਜੀ। ਠੀਕ ਹੈ, ਦੇਖੋ ਸਰ, ਕੋਵਿਡ ਦੇ ਵਿੱਚ ਮੈਂ ਪਹਿਲਾਂ ਵੀ 1-2 ਇੰਟਰਵਿਊ ਦੇ ਵਿੱਚ ਇਹ ਗੱਲ ਕੀਤੀ ਹੈ, ਕਿਉਂਕਿ ਇਸ ਮਤਲਬ ਛੋਟੀ ਜਿਹੀ ਸਟੋਰੀ ਦਾ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਇੰਪੈਕਟ ਰਿਹਾ ਜੀ। ਕੋਵਿਡ ਦੇ ਵਿੱਚ ਮੇਰੇ ਕੋਲ ਇੱਕ ਸਟੂਡੈਂਟ ਦੀ ਕਾਲ ਆਉਂਦੀ ਹੈ, ਅਤੇ ਉਸ ਕੁੜੀ ਦੀ ਹਸਬੈਂਡ ਦੀ ਜੋਬ ਕੋਵਿਡ ਦੇ ਵਿੱਚ ਚਲੀ ਜਾਂਦੀ ਹੈ। ਮੈਰਿਡ ਸੀ ਲੜਕੀ, ਓਕੇ, ਅਤੇ ਉਹ ਕਹਿੰਦੀ ਸਰ ਮੈਂ ਨਾ ਸਕੂਲ ਲਾਈਬ੍ਰੇਰੀਅਨ ਦੇ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਮੇਰੇ ਕੋਲ ਨਾ ਫੀਸ ਨਹੀਂ ਹੈ। ਠੀਕ ਹੈ, ਉਦੋਂ ਸਾਡਾ ਔਨਲਾਈਨ ਬੈਚ ਚੱਲਦਾ ਸੀ, ਓਕੇ, ਅਤੇ ਔਨਲਾਈਨ ਬੈਚ ਦੀ ਫੀਸ ਅਸੀਂ ਉਦੋਂ ਨੋਮੀਨਲ ਰੱਖੀ ਸੀ 6,000 ਰੁਪਈਆ। ਠੀਕ ਹੈ, ਉਹ ਕਹਿੰਦੀ ਮੇਰੇ ਕੋਲ ਫੀਸ ਨਹੀਂ ਹੈ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਜੀ ਫੀਸ ਥੋੜ੍ਹੀ ਬਹੁਤ ਤਾਂ ਮਤਲਬ 6,000 ਥੋੜ੍ਹਾ ਘੱਟ ਦੇ ਦਿਓ, ਹੈ ਨਾ, ਮਤਲਬ 5 ਦੇ ਦਿਓ, ਠੀਕ ਹੈ, ਤਾਂ ਥੋੜ੍ਹਾ ਜਿਹਾ ਕੋਈ ਗੱਲ ਨਹੀਂ, ਤੁਹਾਨੂੰ ਡਿਸਕਾਊਂਟ ਕਰ ਦਾਂਗੇ ਜੇ ਤੁਹਾਡੀ ਜੈਨੂਅਨ ਕੰਡੀਸ਼ਨ ਹੈਗੀ ਹੈ ਤਾਂ ਇੱਦਾਂ ਦੀ। ਤਾਂ ਉਹਨੇ ਸਾਰਾ ਕੁਝ ਦੱਸਿਆ ਅਤੇ ਰੋਣ ਲੱਗ ਗਈ, ਕਹਿੰਦੀ ਸਰ ਮੈਂ ਨਾ ਆਪਣੇ ਬੱਚੇ ਦਾ ਪਿੱਗੀ ਬੈਂਕ ਤੋੜ ਦੂੰਗੀ, ਉਹ 'ਚੋਂ ਜਿੰਨੇ ਨਿਕਲੇ ਉਹ ਦੇ ਦੂੰਗੀ। ਓਕੇ, ਜਿਵੇਂ ਤੁਸੀਂ ਪਿੱਗੀ ਬੈਂਕ ਆਪਾਂ ਬੱਚੇ ਦੇ ਗੋਲ ਲੱਗਦੇ 10 ਰੁਪਏ 5 ਰੁਪਏ ਪਾਉਂਦੇ ਹਾਂ ਨਾ ਪਾਉਂਦੇ, ਠੀਕ ਹੈ, ਤਾਂ ਸਰ ਬਹੁਤ ਵੱਡੀ ਗੱਲ ਸੀ ਇਹ ਆਪਣੇ ਆਪ 'ਚ। ਮੈਂ ਜਦੋਂ ਵੀ ਉਸ ਚੀਜ਼ ਬਾਰੇ ਸੋਚਦਾ ਮੈਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੇ ਬਹੁਤ ਲੋਕ ਨੇ, ਅਤੇ ਉਸ ਲੜਕੀ ਦੀ ਉਹ ਗੱਲ ਸੁਣ ਕੇ ਅਸੀਂ ਉਹਨੂੰ ਫ੍ਰੀ ਪੜ੍ਹਾਇਆ, ਠੀਕ ਹੈ, ਅਤੇ ਉਹਦੀ ਗਵਰਨਮੈਂਟ ਜੋਬ ਲੱਗ ਗਈ। ਓਕੇ, ਉਹੀ ਪੇਪਰ ਉਹਦਾ ਕਲੀਅਰ ਹੋ ਗਿਆ, ਠੀਕ ਹੈ। ਜਿਹੜੀ ਉਹ ਸੈਟਿਸਫੈਕਸ਼ਨ ਮਿਲੀ ਸੀ ਨਾ, ਉਹ ਸੈਟਿਸਫੈਕਸ਼ਨ ਜੋਬ ਨੇ ਨਹੀਂ ਦੇਣੀ, ਉਹ ਮਤਲਬ ਉਹਦੀ ਫੀਸ ਨੇ ਨਹੀਂ ਦੇਣੀ ਸੀ। ਹਾਂ ਬਿਲਕੁਲ, ਠੀਕ ਹੈ, ਠੀਕ ਹੈ ਨਾ। ਤਾਂ ਇਹੋ ਜਿਹੇ ਹੁਣ ਬਹੁਤ ਸਾਰੇ ਕੇਸਿਸ ਸਾਡੇ ਅੱਗੇ ਆਉਂਦੇ ਆ। ਅੱਛਾ, ਓਕੇ, ਤਾਂ ਬਾਕੀ ਮੈਂ ਪਹਿਲਾਂ ਹੀ ਇਹ ਚੀਜ਼ ਗੱਲ ਕਰ ਚੁੱਕੇ ਹਾਂ ਕਿ ਅਲਟੀਮੇਟ ਪਰਪਜ਼ ਸੈਟਿਸਫੈਕਸ਼ਨ ਦਾ, ਉਹ ਜਿੱਥੋਂ ਮਿਲੂਗੀ ਉਹ ਚੀਜ਼ ਆਪਾਂ ਕਰਦੇ ਹਾਂ। ਅੱਛਾ, ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆਪਾਂ ਜਿਹੜੀ ਆਪਣੀ ਗੱਲ ਆ, ਆਪਣਾ ਇਹ ਸਿਸਟਮ ਹੈ ਘੱਟ ਫੀਸ ਵਾਲਾ, ਇਹਨੂੰ ਪੂਰੇ ਲੋਕਾਂ ਤੱਕ ਲੈ ਕੇ ਜਾਣਾ, ਜਿਹੜਾ ਔਨਲਾਈਨ ਦਾ ਅੱਜ ਕੱਲ੍ਹ ਜਿਹੜਾ ਸਿਸਟਮ ਉਹ ਚੱਲਦਾ, ਜਿਹੜੀ ਔਨਲਾਈਨ ਤੁਸੀਂ ਕਲਾਸਿਸ ਦੇਣੀਆਂ ਨੇ, ਉਹਦਾ ਕੀ ਸਿਸਟਮ ਹੈ? ਸਰ ਔਨਲਾਈਨ ਜਿਹੜੀ ਫੀਸ ਆ ਸਾਡੀ ਉਹ ਹੋਰ ਵੀ ਘੱਟ ਹੈ। ਅੱਛਾ, ਠੀਕ ਹੈ। ਔਫਲਾਈਨ ਫੀਸ ਅਸੀਂ 3,000 ਰੱਖੀ ਹੈ ਅਤੇ ਔਨਲਾਈਨ ਫੀਸ ਅਸੀਂ 2,000 ਰੁਪਏ ਰੱਖੀ। ਠੀਕ ਹੈ। ਔਨਲਾਈਨ ਦੇ ਵਿੱਚ ਸਾਡੇ ਜਿਹੜੇ ਕਲਾਸਿਸ ਨੇ ਉਹ ਸਾਰੀਆਂ ਡਿਜੀਟਲ ਬੋਰਡ, ਪ੍ਰੋਫੈਸ਼ਨਲ ਮਾਈਕ, ਪ੍ਰੋਫੈਸ਼ਨਲ ਕੈਮਰੇ ਦੇ ਨਾਲ ਰਿਕਾਰਡ ਹੁੰਦੀਆਂ ਨੇ। ਓਕੇ, ਠੀਕ ਹੈ। ਅਤੇ ਸਾਡੀ ਵਰਧਮਾਨ ਕਰੀਅਰ ਪਲੇਸ ਦੀ ਐਪ ਆ, ਬੱਚਾ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ। ਠੀਕ ਹੈ, ਠੀਕ ਹੈ। ਸਾਡਾ ਯੂਟਿਊਬ 'ਤੇ ਚੈਨਲ ਆ ਵਰਧਮਾਨ ਕਰੀਅਰ ਪਲੇਸ ਦੇ ਨਾਮ 'ਤੇ, ਉਹ ਕੋਈ ਵੀ ਬੱਚਾ ਸਰਚ ਕਰ ਸਕਦਾ। ਠੀਕ ਹੈ, ਤਾਂ ਵਰਧਮਾਨ ਕਰੀਅਰ ਪਲੇਸ 'ਤੇ ਸਰਚ ਕਰੋ, ਕੁਆਲਿਟੀ ਦੇਖੋ, ਸਾਡੇ ਕੰਟੈਕਟ ਕਰੋ, ਆਪਣੀ ਐਡਮਿਸ਼ਨ ਕਰਾਓ, ਔਨਲਾਈਨ ਕਲਾਸਿਸ ਲਾਓ। ਠੀਕ ਹੈ। ਅੱਛਾ ਸਰ ਜੀ, ਇੱਕ ਅੱਜ ਦੇ ਜਿਹੜਾ ਅੱਜ ਦੇ ਸਮੇਂ 'ਚ ਇੱਕ ਸਵਾਲ ਹੈ,
ਦੇਖੋ ਆਮ ਲੋਕਾਂ 'ਚ ਇਹ ਬੱਚਿਆਂ 'ਚ ਇਹ ਧਾਰਨਾ ਆਮ, ਜਦੋਂ ਦੋ ਬੰਦੇ ਗੱਲ ਕਰਦੇ ਨੇ ਕਹਿੰਦੇ ਯਾਰ ਸਰਕਾਰੀ ਨੌਕਰੀ ਕਿਹੜਾ ਮਿਲਦੀ ਹੈ, ਇਹ ਜਿਹੜੀ ਧਾਰਨਾ ਹੈਗੀ ਆਮ ਬੱਚੇ ਬਾਹਰ ਜਾ ਰਹੇ ਨੇ। ਸੋ ਤੁਹਾਡੇ ਕੋਲ ਜਿਹੜੀ ਕਿਹੜੀ ਕੈਟਾਗਰੀ ਦੇ ਜਿਹੜੇ ਬੱਚੇ ਨੇ ਉਹ ਤਿਆਰੀ ਕਰਨ ਆਉਂਦੇ ਨੇ, ਇਹ ਸਾਡੀ ਆਡੀਅੰਸ ਨੂੰ ਦੱਸਣਾ ਬਹੁਤ ਜ਼ਰੂਰੀ। ਦੇਖੋ ਪਤਾ ਕੀ ਹੈ, ਦੋ ਚੀਜ਼ਾਂ ਨੇ, ਓਪਰਚੁਨਿਟੀਜ਼ ਡੈਫੀਨੇਟਲੀ ਘੱਟ ਨੇ, ਠੀਕ ਹੈ, ਇਹ ਚੀਜ਼ ਨੂੰ ਆਪਾਂ ਨੂੰ ਐਕਸੈਪਟ ਕਰਨਾ ਪਊਗਾ। ਮੈਂ ਹਮੇਸ਼ਾ ਸਟੂਡੈਂਟਸ ਨੂੰ ਇੱਕ ਚੀਜ਼ ਕਹਿੰਦਾ ਹੁੰਦਾ ਕਿ ਓਪਰਚੁਨਿਟੀਜ਼ ਘੱਟ ਨੇ, ਕੰਪੀਟੀਸ਼ਨ ਜ਼ਿਆਦਾ, ਹਾਂਜੀ, ਬਟ ਜੇ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਹੈ ਫਿਰ ਤਾਂ ਤੁਸੀਂ ਉਸ ਆਪਸ਼ਨ ਵੱਲ ਜਾਓ। ਜੇ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਹੈ ਫਿਰ ਤੁਹਾਨੂੰ ਉਸੇ ਹੀ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਪਊਗਾ। ਹਾਂ ਠੀਕ, ਜੇ ਸਪੋਜ਼ ਕਰੋ ਕੋਂਸਟੇਬਲ ਪੰਜਾਬ ਪੁਲਿਸ ਦੇ ਵਿੱਚ ਕੋਂਸਟੇਬਲ ਦੀਆਂ 1800 ਵੈਕੈਂਸੀਜ਼ ਨਿਕਲੀ ਆ, ਤਾਂ ਉਹ 1800 ਬੱਚਾ ਕੌਣ ਲੱਗੂਗਾ? ਪੰਜਾਬ ਦਾ ਹੀ ਲੱਗੂਗਾ, ਠੀਕ ਹੈ, ਅਤੇ ਉਹ 1800 ਵੀ ਕਾਹਦੇ ਤਿਆਰੀ ਕਰਕੇ ਹੀ ਆਊਗਾ। ਹਾਂ ਤਿਆਰੀ ਕਰਕੇ, ਜੇ ਆਪਾਂ ਇਹ ਸੋਚ ਕੇ ਚੱਲੀਏ ਕਿ ਯਾਰ ਓਪਰਚੁਨਿਟੀਜ਼ ਹੈ ਨਹੀਂ, ਜੋਬਸ ਹੈ ਨਹੀਂ, ਤੁਸੀਂ ਜੇ ਮੰਨ ਲਓ ਸਪੋਜ਼ ਕਰੋ ਸਿਸਟਮ ਆਪਣਾ ਉਨਾ ਵਧੀਆ ਨਹੀਂ ਹੈ, ਤੁਸੀਂ ਸਿਸਟਮ ਨੂੰ ਚੇਂਜ ਕਰ ਸਕਦੇ ਹੋ? ਨਹੀਂ ਕਰ ਸਕਦੇ। ਜੇ ਤੁਸੀਂ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ ਤਾਂ ਸਿਸਟਮ ਨੂੰ ਬਲੇਮ ਨਾ ਕਰੋ, ਆਪਣੇ ਆਪ ਨੂੰ ਹੀ ਓਨਾ ਕੈਪੇਬਲ ਬਣਾ ਲਓ ਉਹ ਸਿਸਟਮ 'ਚ ਫਿੱਟ ਹੋ ਜਾਓ। ਹਾਂ, ਕਿ ਜੇ 500 ਪੋਸਟ ਆ ਤਾਂ 500 ਪੋਸਟ ਦੇ ਵਿੱਚ ਮੇਰਾ ਨੰਬਰ ਆਉਣਾ ਹੀ ਚਾਹੀਦਾ, ਠੀਕ ਹੈ। ਮੇਰੇ ਹੁਣ ਪਿੱਛੇ ਸਟੂਡੈਂਟ ਕੋਂਸਟੇਬਲ ਵੀ ਸਿਲੈਕਟ ਹੋਏ, ਠੀਕ ਹੈ, ਮੇਰੇ ਪਿੱਛੇ ਸਟੂਡੈਂਟ ਐਕਸਾਈਜ਼ ਵੀ ਲੱਗੇ ਆ, ਇੰਸਪੈਕਟਰ, ਓਕੇ, ਸਾਡੇ ਸਟੂਡੈਂਟ ਸਬ ਇੰਸਪੈਕਟਰ ਲੱਗੇ ਆ, ਸਾਡੇ ਸਟੂਡੈਂਟ ਪਟਵਾਰੀ 'ਚ ਵੀ ਸਿਲੈਕਟ ਹੋਏ ਆ, ਠੀਕ, ਹਰ ਡਿਪਾਰਟਮੈਂਟ ਦੇ ਸਾਡੇ ਸਟੂਡੈਂਟ, ਠੀਕ ਹੈ, ਤਾਂ ਉਹਨਾਂ ਉਹ ਸਟੂਡੈਂਟ ਵੀ ਫਿਰ ਉਹਨਾਂ ਵਾਸਤੇ ਕੋਈ ਅਲੱਗ ਤੋਂ ਪੋਸਟਾਂ ਨਹੀਂ ਆਈਆਂ ਸੀ, ਠੀਕ, ਉਹਨਾਂ ਨੇ ਵੀ ਉਹਨਾਂ ਹੀ ਪੋਸਟਾਂ ਦੇ ਵਿੱਚ ਆਪਣਾ ਨੰਬਰ ਪਾਇਆ, ਠੀਕ ਹੈ। ਮੇਨ ਇਹ ਹੈ ਕਿ ਤੁਸੀਂ ਲਾਈਫ ਦੇ ਵਿੱਚ, ਮੈਂ ਸਾਰੇ ਹੀ ਸਟੂਡੈਂਟ ਜਿਹੜਾ ਯੂਥ ਇਸ ਇੰਟਰਵਿਊ ਨੂੰ ਸੁਣ ਰਿਹਾ, ਜਦੋਂ ਤੁਸੀਂ ਪ੍ਰੈਪਰੇਸ਼ਨ ਸਟਾਰਟ ਕਰਦੇ ਹੋ ਜਾਂ ਤੁਸੀਂ ਕਿਸੇ ਵੀ ਇਗਜ਼ਾਮ ਬਾਰੇ ਸੋਚ ਰਹੇ ਹੋ, ਆਪਣੇ ਫਿਊਚਰ ਬਾਰੇ ਸੋਚ ਰਹੇ ਹੋ, ਮੇਰਾ ਇੱਕ ਸਿੰਪਲ ਸਕਸੈਸ ਮੰਤਰਾ, ਡੈਟ ਇਜ਼ ਦਾ 4 P's, ਜਿਹਦੇ ਵਿੱਚ ਪਹਿਲੀ P ਹੈ ਤੁਹਾਡਾ ਪੋਟੈਂਸ਼ੀਅਲ। ਤੁਸੀਂ ਆਪਣੇ ਪੋਟੈਂਸ਼ੀਅਲ ਨੂੰ ਆਈਡੈਂਟੀਫਾਈ ਕਰੋ ਕਿ ਤੁਸੀਂ ਕਿੰਨੇ ਕੁ ਕੈਪੇਬਲ ਹੋ। ਇਹ ਨਹੀਂ ਹੈ ਕਿ ਤੁਸੀਂ ਕਿਸੇ PCS ਆਫਿਸਰ ਦੀ ਜਾਂ UPSC ਆਫਿਸਰ ਦੀ ਤੁਸੀਂ ਇੰਟਰਵਿਊ ਸੁਣ ਲਈ ਤਾਂ ਤੁਸੀਂ ਸੋਚਿਆ ਯਾਰ ਮੈਂ ਵੀ PCS ਹੀ ਬਣਨਾ, ਠੀਕ ਹੈ। ਆਪਣੇ ਪਹਿਲਾਂ ਪੋਟੈਂਸ਼ੀਅਲ ਨੂੰ ਆਈਡੈਂਟੀਫਾਈ ਕਰੋ ਕਿ ਤੁਸੀਂ ਕਿੰਨੇ ਕੁ ਕਾਬਿਲ ਹੋ, ਤੁਹਾਡੇ 'ਚ ਕੀ ਕਾਬਲੀਅਤ ਆ, ਤੁਹਾਡਾ ਏਰੀਆ ਆਫ ਸਟਰੈਂਥ ਕੀ ਹੈ, ਤੁਹਾਡਾ ਏਰੀਆ ਆਫ ਇੰਟਰਸਟ ਕੀ ਹੈ, ਉਹਦੇ ਅਕੋਰਡਿੰਗ ਪਲਾਨ ਕਰੋ। ਓਕੇ, ਤਾਂ ਜਦੋਂ ਤੁਸੀਂ ਪਲਾਨ ਕਰ ਲਿਆ ਕਿ ਮੈਂ ਇਹ ਇਗਜ਼ਾਮ ਕਰੈਕ ਕਰਨਾ ਜਾਂ ਇਸ ਪੋਸਟ 'ਤੇ ਜਾਣਾ ਜਾਂ ਮੈਂ ਟੀਚਿੰਗ ਲਾਈਨ 'ਚ ਜਾਣਾ, ਤਾਂ ਤੁਸੀਂ ਉਹਦੇ ਅਕੋਰਡਿੰਗ ਫਿਰ ਪ੍ਰੋਪਰ ਪ੍ਰੈਪਰੇਸ਼ਨ ਸਟਾਰਟ ਕਰੋ, ਠੀਕ ਹੈ। ਪਹਿਲਾਂ ਤੁਸੀਂ ਆਪਣੇ ਪੋਟੈਂਸ਼ੀਅਲ ਕੀ ਕਾਬਲੀਅਤ ਹੈ ਤੁਹਾਡੀ, ਉਹਦੇ ਅਕੋਰਡਿੰਗ ਤੁਸੀਂ ਪਲਾਨ ਕੀਤਾ, ਉਹਦੇ ਅਕੋਰਡਿੰਗ ਤੁਸੀਂ ਪ੍ਰੈਪਰੇਸ਼ਨ ਸਟਾਰਟ ਕੀਤੀ, ਠੀਕ ਹੈ। ਫਿਰ ਲਾਸਟ ਇਸ ਦਾ ਪਰਸੀਵਰੈਂਸ, ਮੀਨਸ ਕੰਸਿਸਟੈਂਸੀ, ਜਿਹੜੀ ਸਭ ਤੋਂ ਜ਼ਿਆਦਾ ਆਪਾਂ ਕਹਿੰਦੇ ਹਾਂ ਨਾ ਕਿ ਬੱਚੇ ਸਕਸੈਸਫੁਲ ਨਹੀਂ ਹੁੰਦੇ ਜਾਂ ਕਿਉਟ ਕਰ ਜਾਂਦੇ ਆ, ਉਹ ਪ੍ਰੋਬਲਮ ਹੈ ਕੰਸਿਸਟੈਂਸੀ। ਬੱਚੇ ਤਿਆਰੀ ਕਰਦੇ ਆ 2-3 ਮਹੀਨੇ 4 ਮਹੀਨੇ ਛੱਡ ਦਿੰਦੇ, ਪਰ ਤੁਹਾਨੂੰ ਹਾਰਡਵਰਕ ਵੀ ਕਰਨਾ ਪਊਗਾ ਅਤੇ ਪੇਸ਼ੈਂਸ ਵੀ ਰੱਖਣੀ ਪਊਗੀ। ਲੌਂਗ ਟਰਮ ਹਾਰਡਵਰਕ ਕਰਨਾ ਪਊਗਾ, ਉਦੋਂ ਤੱਕ ਹਾਰਡਵਰਕ ਕਰਨਾ ਪਊਗਾ ਜਦੋਂ ਤੱਕ ਤੁਹਾਨੂੰ ਸਕਸੈਸ ਨਹੀਂ ਮਿਲ ਜਾਂਦੀ। ਜਿੱਦੀ ਬਣਨਾ ਪਊਗਾ ਸਕਸੈਸ ਲਈ, ਇਹ ਨਹੀਂ ਹੈ ਕਿ 4 ਮਹੀਨੇ ਤਿਆਰੀ ਕੀਤੀ ਚਲੋ ਜੀ ਪੇਪਰ ਨਹੀਂ ਕਲੀਅਰ ਹੋਇਆ ਛੱਡਤਾ, ਨਹੀਂ, ਠੀਕ ਹੈ। ਤਾਂ ਰੀਸਟਾਰਟ ਰੀਸਟਾਰਟ ਰੀਸਟਾਰਟ, ਹੁਣ ਮੂਵੀ ਵੀ ਆਈ ਹੈ ਨਾ ਮਨੋਜ ਜੀ ਦੀ, IPS 12th ਫੇਲ, ਯੈਸ, ਤਾਂ ਉਹ ਵੀ ਆਪਣੇ ਆਪ 'ਚ ਬਹੁਤ ਇੰਸਪੀਰੇਸ਼ਨਲ ਮੂਵੀ ਹੈ। ਦੇਖੋ ਉਹਨਾਂ ਨੇ 4 ਸਾਲ ਲਾਏ, 3 ਸਾਲ ਲਾਏ, ਚੌਥੇ ਅਟੈਂਪਟ 'ਚ ਆ ਕੇ ਉਹਨਾਂ ਦਾ ਪੇਪਰ ਕਲੀਅਰ ਹੋਇਆ, ਹੈ ਨਾ। ਤਾਂ ਇਹ ਚੀਜ਼ ਹੈਗੀ ਹੈ ਕਿ ਜਦੋਂ ਤੱਕ ਤੁਸੀਂ ਜਿਹੜੀ ਚੀਜ਼ ਦੇ ਉੱਪਰ ਤੁਸੀਂ ਪੈ ਗਏ, ਪਿੱਛੇ ਪੈ ਗਏ, ਉਹਦੇ ਮਤਲਬ ਜਿੱਦ ਪੂਰੇ ਜਿੱਦੀ ਬਣੇ ਨਾਲ ਪੈਸ਼ਨ ਨਾਲ ਪਿੱਛੇ ਪੈ ਜਾਓ, ਉਹ ਡੈਫੀਨੇਟਲੀ ਤੁਹਾਨੂੰ ਮਿਲੂਗੀ ਹੀ ਮਿਲੂਗੀ, 100% ਮਿਲੂਗੀ।
ਜੀ ਜੇ ਬਾਈ ਚਾਂਸ ਅਨਫੋਰਚੁਨੇਟਲੀ ਨਹੀਂ ਮਿਲੀ ਤਾਂ ਤੁਸੀਂ ਪੜ੍ਹ ਕੇ ਨੌਲੇਜ ਗੇਨ ਕਰਕੇ ਇੰਨੇ ਕੁ ਕਾਬਿਲ ਬਣ ਜਾਓਗੇ ਕਿ ਤੁਸੀਂ ਲਾਈਫ ਦੇ ਵਿੱਚ ਕਦੇ ਮਾਤ ਨਹੀਂ ਖਾ ਸਕਦੇ, ਕਿਤੇ ਨਾ ਕਿਤੇ ਸਟੈਂਡ ਕਰੋਗੇ, ਕਿਤੇ ਨਾ ਕਿਤੇ ਸਟੈਂਡ ਕਰੋਗੇ। ਠੀਕ ਹੈ। ਅੱਛਾ ਸਰ, ਇੱਕ ਸਵਾਲ ਹੋਰ ਹੈ, ਜਿਹੜਾ ਤੁਸੀਂ 15 ਦੇ ਵਿੱਚ ਸ਼ੁਰੂ ਕੀਤਾ, 15 'ਚ ਇੱਕ 15 'ਚ ਵੀ ਟਰੈਂਡ ਚੱਲ ਰਿਹਾ ਸੀ, ਹੁਣ ਵੀ ਟਰੈਂਡ ਚੱਲੇ ਰਿਹਾ ਆਈਲੈਟਸ ਦਾ, ਤੁਸੀਂ ਕਦੇ ਇੰਨਾ ਪੜ੍ਹ ਲਈ ਕਿ PhD ਤੱਕ ਤੁਸੀਂ ਪਹੁੰਚੇ ਹੋ, ਕਦੇ ਤੁਸੀਂ ਆਈਲੈਟ ਬਾਰੇ ਨਹੀਂ ਸੋਚਿਆ ਵੀ ਯਾਰ ਇਹਦਾ ਸ਼ੁਰੂ ਕਰ ਲਈਏ? ਡੈਫੀਨੇਟਲੀ 2015 ਤੋਂ ਹੀ ਉਹਦਾ ਕਰੇਜ਼ ਸੀ ਸਾਨੂੰ ਸਟੂਡੈਂਟਸ, ਉਦੋਂ ਵੀ ਸਾਡੇ ਬਹੁਤ ਸਟੂਡੈਂਟਸ ਆਉਂਦੇ ਸੀ ਸਰ ਆਇਲ ਸਟਾਰਟ ਕਰੋ ਆਇਲ ਸਟਾਰਟ ਕਰੋ, ਮੇਰਾ ਕਦੇ ਵੀ ਉੱਧਰ ਇੰਨਾ ਇੰਟਰਸਟ ਨਹੀਂ ਰਿਹਾ। ਬਟ ਫਿਰ ਵੀ 2023 ਦੇ ਵਿੱਚ ਆ ਕੇ ਬਹੁਤ ਸਾਰੇ ਸਟੂਡੈਂਟ ਇੰਸਿਸਟ, ਮਤਲਬ ਹਰ ਸਾਲ ਕਰਦੇ ਸੀ ਤਾਂ ਕੁਛ ਸਟਾਫ ਵੀ ਕਹਿਣ ਲੱਗੇ ਸਰ ਆਪਾਂ ਕਰ ਲੈਂਦੇ ਹਾਂ, ਆਪਣੇ ਕੋਲ ਇਨਫਰਾਸਟਰਕਚਰ ਹੈਗਾ, ਆਪਾਂ ਨਾਲ ਨਾਲ ਆਇਲ ਸਟਾਰਟ ਕਰ ਲੈਂਦੇ ਹਾਂ। ਕੀਤਾ, ਬਟ ਉਹ ਕਲੈਸ਼ਿਸ ਕਰ ਰਹੇ ਸੀ ਇੰਟਰਸਟ। ਓਕੇ, ਮੇਰਾ ਜਿਹੜਾ ਇੰਟਰਸਟ ਸੀ, ਜਿਹੜਾ ਮੇਰਾ ਵਿਜ਼ਨ ਆ, ਹੈ ਨਾ, ਜਾਂ ਵਰਧਮਾਨ ਇੰਸਟੀਚਿਊਟ ਦਾ ਜੋ ਵਿਜ਼ਨ ਸੀ ਲੈ ਕੇ ਚੱਲਿਆ ਸੀ ਇਸ ਇੰਸਟੀਚਿਊਟ ਦੇ ਨਾਲ, ਸਾਡਾ ਜਿਹੜਾ ਵਿਜ਼ਨ ਸੀ ਉਹ ਸੀ ਪੰਜਾਬ ਦੇ ਹਰ ਬੱਚੇ ਤੱਕ ਪਹੁੰਚਣਾ। ਠੀਕ ਹੈ। ਸੋਸਾਇਟੀ 'ਤੇ ਕੁਛ ਇੰਪੈਕਟ ਰੱਖਣਾ, ਸੋਸ਼ਲ ਵੈਲਫੇਅਰ ਦਾ। ਜਿਹੜਾ ਆਇਲਸ ਵਾਲਾ ਉਹ ਜੁੜਿਆ ਹੋਇਆ ਪੈਸੇ ਦਾ, ਦੋਨੋਂ ਚੀਜ਼ਾਂ ਦਾ ਆਪਸ 'ਚ ਮੈਚ ਨਹੀਂ ਕਰਦਾ ਸੀ, ਤਾਂ ਮੈਨੂੰ ਇੱਕ ਚੀਜ਼ ਨੂੰ ਛੱਡਣਾ ਪੈਣਾ ਸੀ, ਤਾਂ ਫਿਰ ਮੈਂ ਉਹ ਥੋੜ੍ਹਾ ਟਾਈਮ ਚਲਾ ਕੇ ਛੱਡਤਾ। ਹਾਲਾਂਕਿ ਉੱਧਰ ਸਾਡੇ 4 ਜਾਂ 5 ਮਹੀਨਿਆਂ ਦੇ ਵਿੱਚ 15 ਤੋਂ 18 ਬੱਚਿਆਂ ਨੇ ਪੇਪਰ ਕਲੀਅਰ ਕੀਤਾ, ਬਟ ਫਿਰ ਵੀ ਮੇਰਾ ਜਦੋਂ ਕਲੈਸ਼ ਹੋਇਆ ਨਾ ਇੰਟਰਸਟ, ਤਾਂ ਫਿਰ ਮੈਨੂੰ ਇਹ ਠੀਕ ਹੈ। ਹੁਣ ਆਪਾਂ ਆਪਣੇ ਆਖਰੀ ਸਵਾਲ ਵੱਲ ਆਉਂਦੇ ਹਾਂ ਸਰ, ਜਿਹੜਾ ਵਰਧਮਾਨ ਇੰਸਟੀਚਿਊਟ ਦਾ ਜਿਹੜਾ ਸਕਸੈਸ ਰੇਟ ਹੈ, ਕਿੰਨੇ ਕੁ ਬੱਚਿਆਂ ਨੂੰ ਹੁਣ ਤੱਕ ਨੌਕਰੀ ਦਵਾਈ, ਕਿੰਨੇ ਕੁ ਐਗਜ਼ਾਮ ਦੇ ਵਿੱਚ ਵਧੀਆ ਜਿਹੜੇ ਹੈਗੇ ਨੇ ਉਹ ਕਾਮਯਾਬ ਹੋਏ, ਉਹ ਦੱਸੋ। ਜੇ ਮੈਂ ਸ਼ੋਰਟ 'ਚ ਦੱਸਾਂ ਸਰ, ਲਾਸਟ 9 ਈਅਰਸ ਦੀ ਸਕਸੈਸ ਦੇ ਵਿੱਚ ਸਾਨੂੰ 8 ਨੈਸ਼ਨਲ ਅਵਾਰਡ ਮਿਲ ਚੁੱਕੇ ਨੇ। ਓਕੇ। 1800 ਤੋਂ ਜ਼ਿਆਦਾ ਸਾਡੀਆਂ ਔਨ ਰਿਕਾਰਡ ਸਿਲੈਕਸ਼ਨਸ ਨੇ। ਓਕੇ। ਜੇ ਇਹਦੇ ਵਿੱਚ ਮੈਂ ਕੁਛ ਹਾਈਲਾਈਟ ਕਰਾਂ ਪੁਆਇੰਟਸ, ਤਾਂ ਉਹਦੇ ਵਿੱਚ ਜਿਹੜੇ ਲੇਟੈਸਟ ਸਾਡੇ ਇਸ ਸਾਲ 'ਚ ਹੋਏ ਆ, ਹਰ ਡਿਪਾਰਟਮੈਂਟ ਦੇ ਵੀ ਸਾਡੇ ਬੱਚੇ ਗਏ ਆ। ਪਟਵਾਰੀ ਮੈਂ ਆਲਰੇਡੀ ਦੱਸ ਚੁੱਕੇ ਹਾਂ, ਐਕਸਾਈਜ਼ ਇੰਸਪੈਕਟਰ, ਸਬ ਇੰਸਪੈਕਟਰ, ਕੋਂਸਟੇਬਲ, ਡਿਪਾਰਟਮੈਂਟ, ਪੰਜਾਬ ਕੋਆਪਰੇਟਿਵ ਬੈਂਕ ਦੇ ਵੀ ਸਾਡੇ 2 ਬੱਚੇ ਮੈਨੇਜਰ ਬਣੇ। ਅੱਛਾ ਜੀ। ਓਕੇ। ਅਤੇ ਇਸ ਤੋਂ ਇਲਾਵਾ ਟੀਚਿੰਗ ਕੈਡਰ ਦੇ ਵਿੱਚ ਸਾਡੇ ਬੜੇ ਮਾਰਵਲਸ ਰਿਜ਼ਲਟ ਨੇ, ਜਿਹਦੇ ਵਿੱਚ 2-3 ਬੜੇ ਹਾਈਲਾਈਟ ਕਰਨ ਵਾਲੇ ਰਿਜ਼ਲਟ ਨੇ। 2021 ਦੇ ਵਿੱਚ ਸਕੂਲ ਲਾਈਬ੍ਰੇਰੀਅਨ ਦੀਆਂ ਪੋਸਟ ਆਈ ਆ ਸੀ, ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਲਾਈਬ੍ਰੇਰੀਅਨ ਰੱਖੇ ਜਾਣੇ ਸੀ ਜੀ, ਉਹਦੇ ਵਿੱਚੋਂ 600 ਦੇ ਅਰਾਊਂਡ ਪੋਸਟਾਂ ਸੀ ਉਹ ਟੋਟਲ। ਠੀਕ ਹੈ। ਠੀਕ ਹੈ ਨਾ, 2 ਵਾਰ 'ਚ ਨਿਕਲਿਆ ਸੀ, ਪਹਿਲਾਂ 593 ਨਿਕਲੀ ਆ, ਫਿਰ 57 ਨਿਕਲੀ ਆ ਜੀ, ਤਾਂ ਟੋਟਲ 650 ਪੋਸਟ ਟੋਟਲ ਨਿਕਲੀ ਜੀ। ਅਤੇ ਤੁਹਾਨੂੰ ਤੁਸੀਂ ਬਿਲੀਵ ਨਹੀਂ ਕਰੋਗੇ, 600 ਪੋਸਟ ਪੂਰੇ ਪੰਜਾਬ 'ਚ ਸੀ ਜੀ, ਅਤੇ 150 ਤੋਂ ਜ਼ਿਆਦਾ ਇਕੱਲਾ ਮੇਰਾ ਬੱਚਾ ਲੱਗਿਆ। ਅੱਛਾ। ਓਕੇ। ਮਤਲਬ ਵਰਧਮਾਨ ਇੰਸਟੀਚਿਊਟ ਦਾ ਬੱਚਾ, 150 ਤੋਂ ਜ਼ਿਆਦਾ ਬੱਚਾ ਸਾਡਾ ਸਿਲੈਕਟ ਹੋਇਆ। ਓਕੇ, ਠੀਕ ਹੈ। ਮਤਲਬ 600 ਪੋਸਟ ਦੇ ਵਿੱਚ 25% ਤਾਂ ਵਰਧਮਾਨ ਇੰਸਟੀਚਿਊਟ ਦੇ ਬੱਚੇ ਸੀ। ਜੇ ਤੁਸੀਂ ਸਕੂਲਾਂ 'ਚ ਘੁੰਮੋਗੇ, ਹਰ 4th ਸਕੂਲ 'ਚ ਵਰਧਮਾਨ ਇੰਸਟੀਚਿਊਟ ਦਾ ਸਕੂਲ ਲਾਈਬ੍ਰੇਰੀਅਨ ਮਿਲੂਗਾ। ਓਕੇ ਓਕੇ। ਤਾਂ ਮਤਲਬ ਇਹ ਸਾਡਾ ਇੱਕ ਬਹੁਤ ਹੀ ਮਾਰਵਲਸ ਰਿਜ਼ਲਟ ਸੀ। PSTET ਜਿਹੜਾ ਪਿਛਲਾ ਹੋਇਆ ਸੀ ਉਹਦੇ ਵਿੱਚ ਵੀ ਸਾਡਾ ਵਧੀਆ ਸਕਸੈਸ ਰੇਟ ਸੀ, ਉਹਦੇ ਵਿੱਚ ਸਾਡੇ ਕੋਲ 100 ਤੋਂ ਜ਼ਿਆਦਾ ਬੱਚੇ ਨੇ PSTET ਕੁਆਲੀਫਾਈ ਕੀਤਾ। ਓਕੇ, ਠੀਕ ਹੈ। ਅਤੇ UGC NET ਦੇ ਵਿੱਚ ਵਰਧਮਾਨ ਇੰਸਟੀਚਿਊਟ ਆਪਣੇ ਆਪ 'ਚ ਬ੍ਰੈਂਡ ਨੇਮ ਹੈ। ਠੀਕ ਹੈ। ਠੀਕ ਹੈ। ਸਾਡੇ ਹੁਣ ਤੱਕ 700-800 ਬੱਚਾ UGC NET ਕੁਆਲੀਫਾਈ ਹੋ ਚੁੱਕੇ ਆ। ਓਕੇ, ਠੀਕ ਹੈ। ਅਤੇ ਓਵਰਆਲ ਇਹੀ ਚੀਜ਼ ਨੂੰ ਮੈਂ ਨਾਲ ਕੈਰੀ ਫੋਰਵਰਡ ਕਰ ਰਿਹਾ ਕਿ ਇੰਨਾ ਸਕਸੈਸ ਰੇਟ ਹੋਣ ਦੇ ਬਾਵਜੂਦ ਵਰਧਮਾਨ ਇੰਸਟੀਚਿਊਟ ਦੇ ਹਰ ਬੱਚਾ ਟਰੱਸਟ ਕਰ ਰਿਹਾ। ਬਿਲਕੁਲ ਠੀਕ ਹੈ। ਠੀਕ ਹੈ ਨਾ, ਤਾਂ
ਅਸੀਂ ਉਹ 10-15% ਬੱਚਿਆਂ ਲਈ ਕੰਮ ਨਹੀਂ ਕਰਨਾ ਚਾਹੁੰਦੇ ਜਿਹੜੇ ਪੇ ਕਰ ਸਕਦੇ ਨੇ, ਅਸੀਂ ਉਹ 85 ਲਈ ਦੇ ਬੱਚਿਆਂ ਲਈ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਪੇ ਨਹੀਂ ਕਰ ਸਕਦੇ। ਠੀਕ ਹੈ, ਠੀਕ ਹੈ ਨਾ। ਤਾਂ ਬ੍ਰੈਂਡ ਬਣਾ ਕੇ ਲੋਕ ਤੁਹਾਡੇ 'ਤੇ ਟਰੱਸਟ ਕਰ ਰਹੇ ਆ। ਤਾਂ ਹੁਣ ਜਿਹੜਾ ਸਟੂਡੈਂਟ ਹੈ ਨਾ, ਉਹ ਇਹ ਨਹੀਂ ਕਹਿੰਦਾ ਕਿ ਵਰਧਮਾਨ ਇੰਸਟੀਚਿਊਟ ਨੇ ਡਿਸਕਾਊਂਟ ਲਾਇਆ ਜਾਂ ਵਰਧਮਾਨ ਇੰਸਟੀਚਿਊਟ ਨੇ ਫੀਸ ਘਟਾ ਦੀ ਕਿਉਂਕਿ ਕੋਈ ਕੰਮ ਨਹੀਂ ਹੈ। ਕੋਈ ਕਹਿੰਦੇ ਕਿ ਵਰਧਮਾਨ ਇੰਸਟੀਚਿਊਟ ਦਾ ਜਿਹੜਾ ਵੀਜ਼ਨ ਹੈ ਉਹ ਚੇਂਜ ਹੋ ਗਿਆ। ਜਿਹੜੇ ਜਿਹਨੂੰ ਲੋਕ 15,000 ਦੇਣ ਲਈ ਤਿਆਰ ਹੈ, ਉਹ ਬੰਦਾ 3,000 'ਚ ਬਣਾ ਲਿਆ। ਠੀਕ ਹੈ ਸਰ, ਚਲੋ ਹੁਣ ਮੈਂ ਇੰਟਰਵਿਊ ਨੂੰ ਖਤਮ ਕਰ ਲਈ, ਆਪਣੇ ਆਖਰੀ ਸਵਾਲ 'ਤੇ ਆਉਣਾ। ਪੰਜਾਬ ਦੇ ਜਿਹੜੇ ਬੱਚੇ ਸਰਕਾਰੀ ਨੌਕਰੀ ਦੀ ਤਿਆਰੀ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੀ ਪੇਇੰਗ ਕਪੈਸਿਟੀ ਘੱਟ ਹੈ, ਸੋ ਉਹਨਾਂ ਨੂੰ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਇਹੀ, ਜਿਹੜੇ ਕਈ ਆਸ ਵੀ ਛੱਡ ਦਿੰਦੇ ਨੇ, ਹਾਂਜੀ, ਵੀ ਆਪਣੇ ਕੋਲ ਕੋਚਿੰਗ ਲੈਣ ਦੇ ਜਿਹੜੇ ਪੈਸੇ ਨੇ ਉਹ ਨਹੀਂ ਹੈਗੇ, ਆਪਾਂ ਨਹੀਂ ਉਹ ਕਰ ਸਕਦੇ। ਹਾਂਜੀ ਹਾਂਜੀ, ਕਈ ਬੱਚੇ ਇੱਦਾਂ ਦੇ ਨੇ ਜਿਹੜੇ ਦੂਰ ਦੁਰਾਡੇ ਦੇ ਨੇ, ਪਟਿਆਲੇ ਆ ਕੇ ਨਹੀਂ ਰਹਿ ਸਕਦੇ, ਉਹਨਾਂ ਲਈ ਜਿਹੜਾ ਆਨਲਾਈਨ ਦਾ ਵੀਜ਼ਨ ਹੈ ਤੁਹਾਡਾ ਉਹ ਵੀ ਬਹੁਤ ਵਧੀਆ। ਹਾਂਜੀ, ਦੱਸੋ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਸੰਦੇਸ਼ ਹੈ ਤੁਸੀਂ ਉਹ ਕੀ ਦੇਣਾ ਚਾਹੋ? ਦੇਖੋ, ਜਿੰਨੇ ਵੀ ਸਟੂਡੈਂਟਸ ਕਮਿਊਨਿਟੀ ਦੇ ਜਿਹੜੇ ਹੈਗੇ ਇਸ ਵੀਡੀਓ ਨੂੰ ਦੇਖ ਰਹੇ ਆ, ਤਾਂ ਵਰਧਮਾਨ ਇੰਸਟੀਚਿਊਟ ਦਾ ਜਿਹੜਾ ਵਿਜ਼ਨ ਸੀ ਉਹ ਇਹੀ ਸੀ ਕਿ ਪੰਜਾਬ ਦੇ ਹਰ ਇੱਕ ਸਟੂਡੈਂਟ ਤੱਕ ਪਹੁੰਚਿਆ ਜਾਵੇ, ਹਰ ਇੱਕ ਸਟੂਡੈਂਟ ਦਾ ਸੁਪਨਾ ਪੂਰਾ ਕੀਤਾ ਜਾਵੇ। ਅਤੇ ਜਿਹੜੇ ਬੱਚੇ 15,000-18,000 ਕਿਸੇ ਵੀ ਸਟੇਟ ਲੈਵਲ ਕੰਪੀਟੀ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਨਹੀਂ ਅਫੋਰਡ ਕਰ ਸਕਦੇ ਫੀਸ, ਅਤੇ ਉਹ ਔਫਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ, ਤਾਂ ਉਹ ਪਟਿਆਲਾ ਆ ਕੇ ਵਰਧਮਾਨ ਇੰਸਟੀਚਿਊਟ 'ਚ ਪੜ੍ਹ ਸਕਦੇ ਨੇ ਸਿਰਫ 3,000 ਰੁਪਏ ਦੇ ਵਿੱਚ। ਤੁਹਾਨੂੰ ਟੋਪ ਲੈਵਲ ਦੀ ਕੁਆਲਿਟੀ ਮਿਲੂਗੀ ਜੋ ਅਸੀਂ 15,000 ਰੁਪਏ 'ਚ ਪ੍ਰੋਵਾਈਡ ਕਰਦੇ ਸੀ। ਜੇ ਤੁਸੀਂ ਪਟਿਆਲਾ ਆ ਕੇ ਇੱਥੇ ਰਹਿਣ ਦਾ ਖਰਚਾ, ਹੋਰ ਦਾ ਖਰਚਾ ਨਹੀਂ ਅਫੋਰਡ ਕਰ ਸਕਦੇ, ਠੀਕ ਹੈ, ਅਤੇ ਫਿਰ ਤੁਸੀਂ ਘਰ ਬੈਠ ਕੇ ਸਾਡੀਆਂ ਯੂਟਿਊਬ ਦੇ ਉੱਤੇ ਕਲਾਸਿਸ ਲਗਾ ਸਕਦੇ ਹੋ, ਜਿਹੜੀਆਂ ਸਾਡੀਆਂ ਐਪ ਦੇ ਥਰੂ ਮਿਲਣਗੀਆਂ ਤੁਹਾਨੂੰ, ਉਹ ਸਿਰਫ 2,000 ਰੁਪੀਸ ਦੇ ਵਿੱਚ। ਇਹਦੇ ਵਿੱਚ ਕੋਈ ਹਿਡਨ ਚਾਰਜਿਸ ਨਹੀਂ ਹੈਗੇ, ਕੋਈ ਐਕਸਟਰਾ ਚਾਰਜਿਸ ਨਹੀਂ ਹੈਗੇ, ਮੈਂ ਬੜਾ ਕਲੀਅਰ ਕੱਟ ਕਰਦਾ ਇਸ ਚੀਜ਼ ਨੂੰ। ਪਲੱਸ ਇਹ ਕੋਈ ਮੰਥਲੀ ਫੀਸ ਨਹੀਂ ਹੈ, ਕਿ ਕਈ ਵਾਰ ਮਿਸਗਾਈਡ ਕੀਤਾ ਜਾਵੇ ਕਿ ਮੰਥਲੀ ਫੀਸ ਇਹ ਜਿਹੜੀ ਫੀਸ ਆ ਉਹ ਪੂਰੇ ਕੰਪਲੀਟ ਪੈਕੇਜ ਦੀ ਹੈ। ਜੇ ਸਪੋਜ਼ ਤੁਸੀਂ ਕੋਈ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਉਹਦਾ ਸਿਲੇਬਸ 3-4 ਮਹੀਨਿਆਂ 'ਚ ਖਤਮ ਹੋਊਗਾ, ਤਾਂ ਅਸੀਂ ਉਹ ਤੁਹਾਨੂੰ ਕੰਪਲੀਟ ਸਿਲੇਬਸ ਕਰਵਾਵਾਂਗੇ ਜਿਹਦਾ ਤੁਹਾਡਾ ਪ੍ਰੋਪਰ ਅੱਛਾ ਰਿਜ਼ਲਟ ਆ ਸਕੇ। ਪਲੱਸ ਤੁਹਾਨੂੰ ਅਸੀਂ 1 ਈਅਰ ਦੀ ਸਪੋਰਟ ਦੇਵਾਂਗੇ। 1 ਈਅਰ ਦੀ ਸਪੋਰਟ ਦਾ ਮਤਲਬ ਉਹਨਾਂ ਕਲਾਸਿਸ ਦੀ ਰਿਕਾਰਡਿਡ ਵੀਡੀਓਜ਼ ਵੀ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਜਦੋਂ ਤੁਸੀਂ ਉਹ ਲਾਈਵ ਕਲਾਸਿਸ ਲਗਾ ਲਈਆਂ, ਰਿਕਾਰਡਿਡ ਵੀਡੀਓਜ਼ ਵੀ ਦਿੱਤੀਆਂ ਜਾਣਗੀਆਂ, ਤਾਂ ਕਿ ਤੁਸੀਂ ਉਹਨੂੰ ਬਾਅਦ ਦੇ ਵਿੱਚ ਵੀ ਦੇਖ ਸਕੋ ਜੀ। ਅਤੇ 1 ਈਅਰ ਤੱਕ ਵਰਧਮਾਨ ਕਰੀਅਰ ਪਲੇਸ ਦੀ ਪੂਰੀ ਟੀਮ ਦਾ ਸਾਥ ਤੁਹਾਨੂੰ ਮਿਲੂਗਾ, ਚਾਹੇ ਉਹ ਡਾਊਟ ਸੈਸ਼ਨਸ ਹੋਣ, ਚਾਹੇ ਉਹ ਟੈਸਟ ਸੀਰੀਜ਼ ਹੋਵੇ, ਚਾਹੇ ਉਹ MCU ਕਲਾਸਿਸ ਹੋਣ, ਚਾਹੇ ਉਹ ਕਰੰਟ ਅਫੇਅਰਸ ਹੋਣ। ਤਾਂ ਪੂਰਾ ਇੱਕ ਪ੍ਰੋਫੈਸ਼ਨਲ ਸਿਸਟਮ ਹੋਊਗਾ ਸਾਡਾ, ਕਿਉਂਕਿ ਸਾਡਾ ਇੱਕੋ ਹੀ ਮੇਨ ਮੋਟੋ ਹੈ, ਪੰਜਾਬ ਦੇ ਹਰ ਸਟੂਡੈਂਟ ਦਾ ਸੁਪਨਾ ਪੂਰਾ ਕਰਨਾ। ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ, ਅਤੇ ਬਾਕੀ ਇਹ ਹੈ ਕਿ ਜਿੰਨੇ ਜ਼ਿਆਦਾ ਲੋਕਾਂ ਤੱਕ ਇਹ ਸਰ ਵੀਡੀਓ ਪਹੁੰਚੂਗੀ ਜੀ, ਜੀ ਅਵੇਅਰਨੈਸ ਜਿੰਨੇ ਜ਼ਿਆਦਾ ਲੋਕਾਂ ਪਹੁੰਚੂਗੀ ਜੀ, ਜੀ ਠੀਕ ਹੈ, ਉਨੇ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋਊਗਾ। ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਬੱਚਿਆਂ ਨੂੰ ਤਿਆਰੀ ਕਰਵਾ ਸਕਦੇ ਹਾਂ, ਬੱਚਿਆਂ ਨੂੰ ਇਹ ਫੀਲ ਨਹੀਂ ਹੁੰਦੇ ਨਾ ਕਿ ਯਾਰ ਤੁਸੀਂ ਫੀਸ ਕਰਕੇ ਰਹਿ ਗਏ। ਬਾਕੀ ਜੋ ਮਿਲਣੀ ਮਿਹਨਤ ਆ, ਕਿਸਮਤ ਆ, ਓਪਰਚੁਨਿਟੀ ਉਹ ਸਰਕਾਰ ਨੇ ਦੀ। ਦੋਸਤੋ, ਇਹ ਸੀਗੇ ਸੌਰਵ ਜੈਨ, ਵਰਧਮਾਨ ਇੰਸਟੀਚਿਊਟ ਦੇ ਡਾਇਰੈਕਟਰ। ਉਹਨਾਂ ਨੇ ਜਿਹੜੀਆਂ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ, ਆਪਣਾ ਜਿਹੜਾ ਕੈਰੀਅਰ ਸੀਗਾ, ਸਾਰੀਆਂ ਗੱਲਾਂ ਆਪਣੇ ਨਾਲ ਖੁੱਲ੍ਹ ਕੇ ਕੀਤੀਆਂ ਨੇ। ਜੈਨ ਸਾਹਿਬ, ਤੁਸੀਂ ਬੀਜੀ ਸ਼ਡਿਊਲ 'ਚੋਂ ਬਾਬੂਸ਼ਾਹੀ ਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਐਂਡ ਬਹੁਤ ਬਹੁਤ ਧੰਨਵਾਦ। ਅਤੇ ਦੋਸਤੋ, ਵੀਡੀਓ ਕਿੱਦਾਂ ਦੀ ਲੱਗੀ? ਜੇ ਕੋਈ ਇੱਦਾਂ ਦਾ ਸਟੂਡੈਂਟ ਹੈਗਾ ਜਿਹੜਾ ਨੋਮੀਨਲ ਫੀਸ 'ਤੇ ਪੜ੍ਹਨਾ ਚਾਹੁੰਦਾ ਹੈ, ਸਰਕਾਰੀ ਨੌਕਰੀ ਦੀ ਤਿਆਰੀ ਕਰਨਾ ਚਾਹੁੰਦਾ ਹੈ, ਤਾਂ ਤੁਸੀਂ ਰਾਬਤਾ ਜਿਹੜਾ ਹੈਗਾ ਕਰ ਸਕਦੇ ਹੋ। ਮੈਂ ਦੀਦਾਰ ਗੁਰਨਾ ਜਲਦੀ ਹੀ ਤੁਹਾਡੇ ਨਾਲ ਕਿਸੇ ਨਵੇਂ ਮਹਿਮਾਨ ਨਾਲ ਹਾਜ਼ਰ ਹੋਵਾਂਗਾ। ਤਦ ਤੱਕ ਲਈ ਥੈਂਕ ਯੂ।